Assalamualaikum ਨਾਜ਼ਰੀਨ, ਮੈਂ ਤੁਹਾਡੀ ਮੇਜ਼ਬਾਨ ਅਬੀਰਾ ਖਾਨ ਸੇ ਆਪਾਂ ਵਿਦ ਅਬੀਰਾ ਖਾਨ ਪ੍ਰੋਗਰਾਮ ਚ ਜੀ ਆਇਆਂ ਨੂੰ। ਨਾਜ਼ਰੀਨ, ਅੱਜ ਮੈਂ ਮਾਰਕੀਟ ਚ ਆਈ ਆ ਸ਼ੋਅ ਕਰਨ। ਇੱਥੇ ਲੋਕਾਂ ਨੂੰ ਪੁੱਛਾਂਗੇ ਸਵਾਲ, ਨਾਲੇ ਲੋਕਾਂ ਨੂੰ ਪੁੱਛਣ ਲੋਕੀ ਕੀ ਕਰਨ ਆਇਆ। ਮੌਸਮ ਵਧੀਆ, ਹਵਾ ਚੱਲ ਰਹੀ ਆ, ਚਲੋ ਚੱਲਦੇ ਆ ਲੋਕਾਂ ਵੱਲ ਤੇ ਪੁੱਛਦੇ ਆ ਲੋਰੀਏ ਕਿੰਜ ਇੰਜੋਏ ਕਰ ਰਹੇ ਆ ਮੌਸਮ ਨੂੰ। ਤੇ ਚਲੋ ਹੁਣ ਕਿ ਮੈਨੂੰ ਦੇਖੀ ਆਣਾ, ਲੋਕਾਂ ਨੂੰ ਦੇਖਣਾ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ। ਵੀਰੇ ਕੀ ਕਰਦੇ ਇੱਥੇ? ਜੀ ਜੋਬ ਕਰਦਾ ਹਾਂ ਮੈਂ, ਬੇਬੀ ਕਾਰ ਚਲਾਉਂਦਾ ਹਾਂ। ਅੱਛਾ, ਬੇਬੀ ਕਾਰ ਚਲਾਉਂਦੇ ਆ, ਤੇ ਮੈਂ ਵੀ ਬੇਬੀ ਆ। ਬੁਲਾ ਦੇ ਦਿੱਤੇ ਅੱਜ ਕੋ। ਮੈਂ ਮੈਨੂੰ ਕਿੱਥੇ ਤੱਕ ਤੁਸੀਂ ਇਸ ਗੱਡੀ 'ਚ ਲੈ ਕੇ ਜਾ ਸਕਦੇ ਹੋ? ਜ਼ਿਆਦਾ ਨਹੀਂ, ਗੱਜੂ ਮੱਥੇ ਸੇ ਅੱਗੇ ਨਹੀਂ ਜਾਏਗੀ। ਮੱਥੇ ਤੋਂ ਅੱਗੇ ਨਹੀਂ ਜਾਏਗੀ? ਚਲ ਆਪਾਂ ਇਸਲਾਮਾਬਾਦ ਆਲ ਨਿਕਲ ਜਾਂਦੇ ਆ, ਪੌਦਰ ਨੂੰ ਜਾਂਦੇ ਨਹੀਂ। ਇਤਨਾ ਬੈਕਅਪ ਨਹੀਂ ਹੈ, ਪੈਟਰੋਲ ਬਹੁਤ ਮਹਿੰਗਾ ਹੋਇਆ ਬੜਾ ਹੈ। ਜੀ ਪੈਟਰੋਲ ਪੈਂਦਾ? ਬੈਟਰੀ 'ਤੇ ਚਲਦੀ ਹੈ। ਬੈਟਰੀ 'ਤੇ ਚੱਲਦੀ ਆ? ਨਹੀਂ, ਬੈਟਰੀ ਨਿਕਲੇਗੀ ਨਹੀਂ ਇਸਲਾਮਾਬਾਦ ਤੱਕ? ਨਹੀਂ, ਡੈਡ ਹੋ ਜਾਏ। ਰਾਹ ਦੇ ਵਿੱਚ ਚਾਰਜ ਕਰਦੇ ਰਵਾਂਗੇ। ਹਾਂ, ਇਹ ਹੈ, ਹੋ ਸਕਦਾ। ਪਿੱਛੇ ਪਿੱਛੇ ਰਿਮੋਟ ਨਾਲ ਮੈਂ ਚਲਾਉਂਦਾ ਫਿਰ ਗੱਡੀ ਨੂੰ ਕਿ ਚਲੋ ਇਸਲਾਮਾਬਾਦ ਤੱਕ। ਕਿੰਨਾ ਅਰਸਾ ਹੋ ਗਿਆ ਕੰਮ ਕਰਦਿਆਂ? ਮੈਨੂੰ 11 ਸਾਲ ਹੋ ਗਏ। 11 ਸਾਲ ਹੋ ਗਏ ਆ, ਤੇ ਹੁਣ ਤੱਕ ਤੇ ਟਰੱਕ ਲੈ ਲੈਣਾ ਚਾਹੀਦਾ ਸੀ, ਹਲੇ ਵੀ ਗੱਡੀ ਦੇ। ਆਪਣੀ ਗਾੜੀ ਆ, ਬੜੀ ਗਾੜੀ ਵੀ ਆ। ਵਾਓ, ਵਾ ਮਾਸ਼ਾਅੱਲਾ, ਨਿੱਕੀ ਗੱਡੀ ਤਾਂ ਕਮਾਈ ਤੇ ਵੱਡੀ ਗੱਡੀ ਤੇ ਐਸੀ। ਅੱਛਾ, ਲੋਰਦੇ ਹੋ? ਜੀ, ਬਾਵਲਪੁਰ ਸਿੰਘ ਪਿਛੇ ਕਾਫੀ ਟਾਈਮ ਲੋਰ ਮੇ ਹੋ ਗਿਆ। ਕਾਫੀ ਟਾਈਮ ਹੋ ਗਿਆ ਲੋਰ ਦੇ ਵਿੱਚ? ਵਿਆਹ ਹੋ ਗਿਆ ਵੀਰੇ ਦਾ? ਜੀ ਬਸ ਹੁਆ ਤਾ, ਵਾਈਫ ਕੀ ਨਾ ਡੈਥ ਹੋ ਗਈ ਹੈ। ਓ ਚਲ, ਕੋਈ ਗੱਲ ਨਹੀਂ, ਹਲੇ ਤੇ ਉਮਰ ਹੀ ਨਹੀਂ ਹੈ ਵੀਰੇ ਤੁਹਾਡੀ। ਬਸ ਕਰਾਣਾ ਵੀ ਨਹੀਂ ਹੈ, ਲਵ ਮੈਰਿਜ ਤਾਂ ਫਿਰ ਇਸ ਲਈ ਦਿਲ ਪੇ ਲਗੀ ਹੋਈ ਹੈ ਬਾਤ। ਅੱਛਾ, ਉਹ ਹਰ ਗੱਲ ਸਹੀ ਆ, ਪਿਆਰ ਹੁੰਦਾ ਵਾ, ਲੇਕਿਨ ਵੀਰੇ ਜ਼ਿੰਦਗੀ ਨਹੀਂ ਰੋਕਦੀ ਹੈ, ਰੱਬ ਨੇ ਜ਼ਿੰਦਗੀ ਦਿੱਤੀ ਹੈ ਨਾ, ਇਹ ਚਲਾਣੀ ਪੈਂਦੀ ਆ ਜਿੰਨੀ ਦੇਰ ਤੱਕ ਜ਼ਿੰਦਗੀ ਹੈ। ਬੇਸ਼ੱਕ ਐਸੀ ਹੈ, ਰੋਕੋ ਨਾ, ਨਾ ਉਮੀਦੀ ਨਾ ਕਰੋ, ਪਿਆਰ ਹੈ ਦਿਲ 'ਚ, ਠੀਕ ਆ। ਅਲਹਮਦੁਲਿਲਾ, ਅੱਲਾ ਸੇ ਪਿਆਰ ਹੈ ਬਸ। ਪਰ ਜ਼ਿੰਦਗੀ ਅੱਗੇ ਵੀ ਤੇ ਚੱਲਣੀ ਹੈ ਨਾ, ਇੰਜ ਤੇ ਨਹੀਂ ਨਾ ਸਿੰਗਲ। ਮਗਰ ਨਹੀਂ, ਆਪ ਕੋਈ ਚਾਂਸ ਨਹੀਂ। ਪਤਾ ਕੀ, ਇਕੱਲਿਆ ਰਹਿ ਕੇ ਸਟ੍ਰੈਸ ਵੀ ਹੁੰਦਾ ਤੁਹਾਨੂੰ ਪਤਾ? ਜੀ ਬਿਲਕੁਲ, ਇਸ ਲਈ ਯਾਰ ਦੋਸਤ ਰੱਖੇ ਹੋਏ ਆ। ਤੇ ਬੈਠ ਕੇ ਨਿਕਲ ਜਾਓ ਬਾਹਰ, ਅੱਗੇ ਵਧੋ, ਇਨਸ਼ਾ ਅੱਲਾ ਜ਼ਿੰਦਗੀ ਖੂਬਸੂਰਤ। ਜੀ ਬਹੁਤ। ਹਾਂ, ਦੁਖੀ ਹੋ ਕੇ ਜ਼ਿੰਦਗੀ ਗੁਜ਼ਾਰੋਗੇ, ਰੱਬ ਨਾਰਾਜ਼ ਹੁੰਦਾ। ਐਸੀ ਚਲੋ ਕੋਈ ਗੱਲ ਨਹੀਂ, ਜ਼ਰਾ ਮਾਹੌਲ ਦੁਖੀ ਹੋ ਗਿਆ ਹੈ। ਅੱਛਾ, ਕਿ ਤੁਸੀਂ ਮੈਨੂੰ ਇਹ ਦੱਸਣਾ, ਮੇਰਾ ਇਹ ਸਵਾਲ ਅੱਜ ਦਾ ਕਿ ਪਾਕਿਸਤਾਨ ਦਾ ਐਸਾ ਕਿਹੜਾ ਸ਼ਹਿਰ ਹੈ ਜਿੱਥੇ ਤੁਸੀਂ ਹਲੇ ਤੱਕ ਗਏ ਨਹੀਂ, ਜਾਣਾ ਚਾਹੁੰਦੇ ਹੋ? ਮੈਂ ਤਾਂ ਫਿਲਹਾਲ ਲੱਗਦਾ ਇਸਲਾਮਾਬਾਦ ਔਰ ਲਾਹੌਰ ਘੁੰਮਾਂ, ਬਾਵਲਪੁਰ। ਹਾਂ ਹੈ ਤਮੰਨਾ ਉਧਰ ਕਰਾਚੀ ਜਾਣੇ ਦੀ। ਕਰਾਚੀ ਜਾਣ ਦੀ ਤਮੰਨਾ, ਉੱਥੇ ਹੀ ਕਿਉਂ ਜਾਣਾ ਚਾਹੁੰਦੇ ਹੋ? ਵੈਸੇ ਜੋ ਸੁਣਿਆ ਨਾ ਹਾਲਾਤ, ਵਹਾਂ ਪੇ ਚੋਰੀ ਨਿਗੇਟਿਵ ਸਭ ਕੁਝ ਐਸੇ ਹੈ, ਔਰ ਵਹਾਂ ਪੇ ਜਾਣਾ ਹੈ ਬਸ, ਅਨਕਰੀਬ ਹੀ ਜਾਣਾ ਹੈ। ਇਸ ਵਾਸਤੇ ਜਾਣਾ ਕਿ ਇੱਥੇ ਚੋਰੀਆਂ ਹੁੰਦੀਆਂ? ਜੀ ਲੌਜੀਕ ਆ, ਇਸ ਵਾਸਤੇ ਜਾਣਾ? ਜੀ ਹਾਂ। ਅੱਛਾ ਚਲੋ, ਕਿਵੇਂ ਜੇਬ ਕੱਢਦੇ ਆ ਉਹ? ਕਿਵੇਂ ਜੇਬ ਕੱਢਦੇ, ਇੱਥੇ ਚੋਰ ਨਹੀਂ ਹੈਗੇ? ਹੈ, ਕਦੀ ਪੜੇ ਨਹੀਂ ਹੈ, ਕਦੀ ਵੇ ਨਹੀਂ। ਅੱਛਾ ਅੱਛਾ, ਕੀ ਸੁਣਾਣਾ, ਸਨ ਕੁਝ ਸੁਣਾਣਾ ਚਾਹੋਗੇ? ਹਾਂ, ਮੈਂ ਰੈਪ ਮੈਨੇ ਲਿਖਿਆ, ਉਹ ਮੈਂ ਸੁਣਾਣਾ ਪਸੰਦ। ਚਲੋ ਸੁਣਾਓ। ਜਿਵੇਂ ਦਿਲ ਵਿੱਚ ਵਜਿਆ ਤੀਰ ਪਹਿਲੀ ਵਾਰ, ਪਹਿਲਾ ਨਸ਼ਾ ਤੇ ਪਹਿਲਾ ਪਿਆਰ, ਪਹਿਲੀ ਵਾਰੀ ਦੁਨੀਆ ਸਾਰੀ ਲੱਗਣ ਲੱਗੀ ਮੈਨੂੰ ਬੇਗਾ, ਮੈਂ ਪਹਿਲਾ ਨੀ ਜਿਨ ਹੋਇਆ ਪਿਆਰ, ਮੈਂ ਪਹਿਲਾ ਨੀ ਤੇਰੇ ਤਖਵਾਰ, ਲੋਕ ਸਾਨੂੰ ਛੋੜ ਸਮੁੰਦਰਾ ਪਾ, ਇੱਕ ਸ਼ਮਾ ਤੂੰ ਪਰਵਾਨੇ ਹਜ਼ਾਰ, ਦੀਵਾਨੇ ਹਜ਼ਾਰ, ਦਿਲ ਵਾਲਾ ਮੈਂ, ਲੋਕ ਕਹਿੰਦੇ ਜਗ ਤੂੰ ਨਰਾਲਾ ਮੈਂ, ਆਉਂਦੇ ਜਾਂਦੇ ਕੁੜੀਆਂ ਪਟਾਵਾਂ, ਹੱਸਦੇ ਗਾਉਂਦੇ ਜ਼ਿੰਦਗੀ ਬਿਤਾਵਾਂ, ਤੇਰੇ ਗਾਣੇ ਹਜ਼ਾਰ ਸ਼ੁਕਰਾਵਾਂ ਮੈਂ, ਤੇਰੀ ਆਨੀਆਂ ਤੋਂ ਵਖਰਾਵਾਂ ਮੈਂ, ਰੱਬ ਨੇ ਦਿੱਤੀ ਦੁਨੀਆਂ 'ਚ ਖੁਸ਼ੀਆਂ ਫਿਰ ਵੀ ਨਾ ਸ਼ੁਕਰਾਵਾਂ ਮੈਂ, ਹਾਂ ਦੁਨੀਆਂ ਨੇ ਪਾਣੇ ਜਾਲ, ਆਇਆ ਮੈਂ ਤੂੰ ਨਿਕਲੀ ਬਾ, ਵੇਖਣ ਮੈਨੂੰ ਦੇਸੀ ਗੋਰੀ ਕਾਲੀ ਆ ਖੱਲਾ ਰਨ ਬਾ, ਰਾਤਾਂ ਗਰਮ ਮੇਰੀ ਅੱਖਾਂ ਲਾਲ, ਗੱਡੀ ਦੇ ਸ਼ੀਸ਼ੇ ਕਾਲੇ ਤੇਰੀ ਜ਼ੁਲਫਾਂ 'ਚ ਮੈਂ ਛੁਪਿਆ, ਮੈਨੂੰ ਲੱਭਦੇ ਪੁਲਿਸ ਵਾਲੇ, ਜ਼ਿੰਦਗੀ ਦੇ ਦਿਨ ਵਿੱਚ ਦੋ ਮੈਨੂੰ ਮੌਕਾ ਦੇ, ਮੈਨੂੰ ਤੇਰੀ ਸੋ, ਜਿਹੜੇ ਆਪੇ ਡਿੱਗਦੇ ਆਪੇ ਉੱਠਦੇ ਆਪੇ ਸਿੱਖ ਲੇਂਗੇ, ਉਹ ਮੇਰੀ ਬਦਲਾਂਗਾ ਮੇਰਾ ਸਾਥ ਦੇ, ਜ਼ੁਲਫਾਂ 'ਚ ਅੰਧੇਰੀ ਰਾਤ ਦੇਖ, ਤੇਰੇ ਕੋਲ ਮੰਗਦਾ ਨਹੀਂ ਮੈਂ ਕੁਝ ਹੋਰ। ਅਰੇ ਵਾਹ, ਇਹ ਕੀ ਸੋ
ਸੋਚ ਕੇ ਰੈਪ ਤੁਸੀਂ ਬਣਾਇਆ? ਜੀ ਬੋਹੀਮੀਆ ਕਾ ਔਰ ਮੈਂ ਕਾਫੀ ਫੈਨ ਥਾ, ਵੈਸੇ ਮੁਝੇ 400-500 ਰੈਪ ਆਤੇ ਹੈਂ, ਯੇ ਮੈਨੇ ਖੁਦ ਕਾ ਲਿਖਾ ਥਾ। ਅਰੇ ਵਾਹ ਜੀ, ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਕਰਨ ਆਏ ਮਾਰਕੀਟ? ਅਸੀਂ ਮਾਰਕੀਟ ਜੁੱਤੀ ਲੈਣ ਆਇਆ ਹੈ। ਕਿਹਦੇ ਵਾਸਤੇ? ਆਪਣੇ ਵਾਸਤੇ। ਤੁਹਾਨੂੰ ਕੀ ਕਿੰਨੇ ਨੰਬਰ ਜੁੱਤੀ ਆਂਦੀ? ਸਾਨੂੰ 10 ਨੰਬਰ ਆਉਂਦੀ ਏ। ਸੇ ਤੋਂ ਨਹੀਂ ਲੱਗਦਾ ਹੈਗਾ। ਹਾਂਜੀ। ਅੱਛਾ ਕਿੱਥੇ ਦੇ ਹੋ? ਅਸੀਂ ਸਿਆਲਕੋਟ ਦੇ। ਸਿਆਲਕੋਟ ਦੇ, ਬੋਲੀ ਤੋਂ ਲੱਗ ਰਿਹਾ ਸੀ ਸਿਆਲਕੋਟ ਤੋਂ ਤੁਸੀਂ ਇੱਥੇ ਆਏ ਜੁੱਤੀ ਲੈਣ। ਜੀ ਸਿਆਲਕੋਟ ਤੋਂ ਜੁੱਤੀ ਲੈਣ ਆਇਆ ਤੇ। ਜੁੱਤੀਆਂ ਨਹੀਂ ਲੱਭਦੀਆਂ? ਲੱਭਦੀਆਂ ਨੇ, ਬਸ ਤੇ ਫਿਰਨ ਤੁਰਨ ਆਇਆ ਸੀ, ਅੱਜ ਕੱਲ ਸ਼ਾਪਿੰਗ ਕਰ ਲਈ ਜਰਾ। ਇਹ ਕਹੋ ਨਾ, ਫਿਰਨ ਤੁਰਨ ਆਏ ਸੀ, ਕਹਿੰਦਾ ਲੱਗਾ ਮੋਲ ਲੋਰ ਦਾ। ਲੋਰ ਦਾ ਮੋਲ? ਅੱਛਾ ਹੈ, 6 ਲੋਕ ਨੇ ਲਾਹੌਰ ਦੇ। ਵਿਆਹ ਹੋ ਗਿਆ ਤੁਹਾਡਾ? ਜੀ ਵਿਆਹ ਹੋ ਗਿਆ। ਅੱਛਾ, ਤਦ ਕਰਕੇ ਘੁੰਮਣ ਫਿਰਨ ਆਏ, ਨਾਲ ਬੁੱਢੀ ਨੂੰ ਕਿਉਂ ਨਹੀਂ ਲੈ ਆਏ ਤੁਸੀਂ? ਬੁੱਢੀ ਘਰ ਦੇ ਕੰਮ ਸ਼ਮ ਕਰੇ, ਬਿਹਤਰ ਹੈ। ਘੁੰਮ ਫਿਰ ਨਹੀਂ ਸਕਦੀਆਂ ਬੁੱਢੀਆਂ? ਘੁੰਮ ਫਿਰ ਸਕਦੀ, ਲੇਕਿਨ ਯਾਰਾਂ ਦੋਸਤਾਂ ਨਾਲ ਆਇਆ ਜਰਾ ਇਸ ਵਾਸਤੇ। ਇੰਜੋਏ ਕਰਨ ਆਏ ਆ, ਲਾਹੌਰ ਦੀਆਂ ਰੌਣਕਾਂ ਕਹਿੰਦੀਆਂ ਲੱਗੀਆਂ। ਜ਼ਬਰਦਸਤ, ਅੱਛੇ ਲੋਕ ਨੇ, ਰੋਸ਼ਨ ਸ਼ਹਿਰ ਹੈ ਲਾਹੌਰ। ਹੁਣ ਕੀ ਦਿਲ ਕਰਦਾ ਹਰ ਹਫਤੇ ਆਵਾਂ? ਨਹੀਂ ਹੁਣ ਹਰ ਹਫਤੇ ਤੇ ਨਹੀਂ, ਕਦੀ ਚੱਕਰ ਲੱਗੇਗਾ ਦੁਬਾਰਾ ਜ਼ਰੂਰ ਆਵਾਂਗੇ। ਜੀ ਹਾਂ, ਹੁਸਨ ਜੋ ਦੇਖ ਲਿਆ, ਹੁਣ ਤੇ ਆਣਾ ਹੀ ਪੈਣਾ ਵਾ ਲਾਹੌਰ ਦੇ ਵਿੱਚ, ਤੇ ਆਣਾ ਵੀ ਕੱਲਿਆਂ ਵਾ। ਅੱਛਾ, ਮੇਰਾ ਇੱਕ ਸਵਾਲ ਦੇਣਾ ਜਵਾਬ, ਐਸਾ ਪਾਕਿਸਤਾਨ ਦਾ ਕਿਹੜਾ ਸ਼ਹਿਰ ਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਹਲੇ ਤੱਕ ਗਏ ਨਹੀਂ? ਕਰਾਚੀ। ਕਰਾਚੀ ਜਾਣਾ ਚਾਹੁੰਦੇ? ਕਰਾਚੀ ਹੀ ਕਿਉਂ ਜਾਣਾ ਚਾਹੁੰਦੇ ਹੋ? ਕਰਾਚੀ ਸਮੁੰਦਰ ਦੇਖਣਾ ਚਾਹੁੰਦਾ ਕਰਾਚੀ ਦਾ, ਕਰਾਚੀ ਮੇਰੇ ਦੋਸਤ ਨੇ, ਉਹਨਾਂ ਨੂੰ ਮਿਲਣਾ ਚਾਹੁੰਦਾ ਜਾ ਕੇ ਉੱਥੇ ਮੈਂ ਇਸ ਵਾਸਤੇ। ਸਹੀ, ਕੰਮ ਕੀ ਕਰਦੇ ਹੋ? ਮੈਂ ਦੁਬਈ ਹੁੰਦਾ ਵਾਂ। ਦੁਬਈ ਹੁੰਦੇ? ਦੁਬਈ 'ਚ ਕੀ ਕਰਦੇ? ਦੁਬਈ ਡਿਲੀਵਰੀ ਬੋਆਏ ਦਾ ਕੰਮ ਕਰਨਾ ਮੈਂ। ਅਰੇ ਵਾਹ, ਭੈਣ ਕੀ ਐਸਾ ਖਾਂਦੇ ਹੋ ਨੀਆਂ ਸੇਤਾਂ? ਆਰਡਰ ਕੈਂਸਲ ਕਰਕੇ ਖਾਂਦੇ ਹਾਂ ਜੀ ਅਸੀਂ। ਆਰਡਰ ਜਿਹੜੇ ਕੈਂਸਲ ਹੋ ਜਾਂਦੇ ਆਪ ਵੀ ਖਾ ਲੈਂਦੇ। ਅੱਛਾ, ਕੋਈ ਸ਼ੇਰ ਆਂਦਾ ਤੁਹਾਨੂੰ? ਜੀ ਬਿਲਕੁਲ, ਫੂਲ ਅਬ ਵੀ ਨਾ ਖਿਲਤੇ ਤੋ ਕਿਆਮਤ ਕਰਤੇ, ਫੂਲ ਅਬ ਵੀ ਨਾ ਖਿਲਤੇ ਤੋ ਕਿਆਮਤ ਕਰਤੇ, ਹਮਨੇ ਸੂਖੀ ਹੋਈ ਸ਼ਾਹੋਂ ਪੇ ਲਹੂ ਛਿੜਕਾ ਹੈ। ਵਾਹ, ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਮੇਰੇ ਕੀ ਕਰਦੇ? ਫਿਲਹਾਲ ਤੇ ਕੰਮ ਕਰ ਰਹੇ। ਕੰਮ ਕੀ ਕਰਦੇ? ਜਰਾਬਾ ਵੇਚਦੇ ਹੋ? ਕਿੰਨੇ ਅਰਸੇ ਤੋਂ? ਆ 4-5 ਸਾਲ ਹੋ ਗਏ। 4-5 ਸਾਲ ਹੋ ਗਏ, ਪੜਾਈ ਫੜਾਈ ਨਹੀਂ ਕੀਤੀ? ਮੈਂ ਸਾਥ ਸਾਥ ਸਟੱਡੀ ਵੀ ਕੰਪਲੀਟ ਕਰ ਰਹਾ ਹਾਂ ਔਰ ਸਾਥ ਸਾਥ ਪੜ ਵੀ ਰਹਾ ਹਾਂ। ਬੜੀਆਂ ਮਿਹਨਤਾਂ ਕਰ ਰਹੇ ਹੋ। ਬਸ ਸ਼ੁਕਰ ਅੱਲਾ ਦਾ। ਬੰਨਾ ਕੀ ਚਾਹੁੰਦੇ ਹੋ? ਬਸ ਸ਼ਾਦੀ ਕਰਨਾ ਚਾਹੁੰਦੇ ਹਾਂ। ਇੰਨੀਆਂ ਮਿਹਨਤਾਂ ਕਰ ਰਿਹਾ, ਸਿਰਫ ਸ਼ਾਦੀ ਕਰਨਾ ਚਾਹੁੰਦਾ, ਪੜ੍ਹ ਲੈ ਕੇ ਕੁਛ ਨਹੀਂ ਬਣਨਾ? ਉਹ ਪੜ੍ਹ ਲੈ ਕੇ ਦੇਖੀ ਜਾਏਗੀ ਕੀ ਬਣਨਾ ਹੈ। ਹਾਲ ਜ਼ਿਹਨ ਦੇ ਵਿੱਚ ਇਹੀ ਹੈ ਕਿ ਸ਼ਾਦੀ ਕਰਨੀ? ਹਾਂ। ਕੋਈ ਪਸੰਦ ਆ? ਹਾਂ, ਦੇਖੀ ਹੋਈ ਹੈ। ਹਾਏ ਹਾਏ, ਮੱਲੇਦਾਰ ਆ? ਨਹੀਂ ਨਹੀਂ, ਕਜ਼ਨ ਹੈ। ਰਿਸ਼ਤੇਦਾਰ ਆ? ਅੱਛਾ, ਕਿਦੋਂ ਦੀ ਗੱਲਬਾਤ ਚੱਲ ਰਹੀ? ਕਾਫੀ ਦੇਰ ਹੋ ਗਈ ਹੈ। ਕੋਈ ਰਿਸ਼ਤਾ ਮਾਪਿਓ ਨੇ ਪੱਕਾ ਕੀਤਾ? ਉਹਨੇ ਮਾਪਿਓ ਵੇਖ ਕੇ ਮੈਨੂੰ ਕਹਿੰਦੇ ਤੂੰ ਬੜਾ ਸ਼ਰਾਰਤੀ ਹੈ, ਪਹਿਲੇ ਪੈਰਾਂ ਤੇ ਖਲੋ। ਅੱਛਾ ਨਹੀਂ, ਪਹਿਲੇ ਪੈਰਾਂ ਤੇ ਤੂੰ ਕਿ ਖਲੋਤਾ? ਮੈਂ ਕਿਹੜਾ ਇੱਟਾਂ ਤੇ ਖਲੋਤਾ? ਮੈਂ ਕਿਹਾ ਪਾਕਿਸਤਾਨ 'ਚ ਐਂ ਹੁੰਦਾ, ਜਿਹੜੀ ਉਹਦੀ ਮਸ਼ੂਕ ਹੁੰਦੀ ਨਾ, ਉਹਦੇ ਮਾਂ ਪਿਓ ਕਹਿੰਦੇ ਰਹਿੰਦੇ ਪੈਰਾਂ ਤੇ ਖਲੋ, ਜਿਹਨਾਂ ਜਿਹਦੀ ਮਸ਼ੂਕ ਹੁੰਦੀ ਉਹਦੇ ਬੱਚੇ ਪੈਰਾਂ ਤੇ ਖਲੋਣ ਲੱਗ ਪੈਂਦੇ ਨੇ, ਜੇ ਤੁਸੀਂ ਕਰੋ ਨੇ ਪੈਰਾਂ ਤੇ ਖਲੋਣਾ। ਆਹੋ, ਇਹ ਟਾਲਣ ਦਾ ਹੀ ਜ਼ਰੀਆ ਵਾ। ਮਾਂ ਪਿਓ ਆਰੇ ਲਾ ਦਿੰਦੇ ਜਾਂ ਪੈਰਾਂ ਤੇ ਖਲੋ, ਤੇ ਆਪਣੀ ਧੀ ਵਿਆਹ ਵੀ ਦਿੰਦੇ ਔਰ ਨਿਆਣੇ ਵੀ ਅੱਗੇ ਹੋ ਜਾਂਦੇ ਆ। ਉਹ ਅੱਗੇ ਆ ਪੈਰਾਂ ਤੇ ਖਲੋ ਜਾਂਦੇ। ਤੁਹਾਡੇ ਨਾਲ ਵੀ ਇੰਜੀ ਹੋਣ ਵਾਲਾ? ਨਹੀਂ ਨਹੀਂ, ਅੱਲਾ ਕੇ ਕਮ ਸੇ ਉਹ ਵੀ ਪਸੰਦ ਕਰਦੀ ਹੈ ਮੈਨੂੰ, ਨਾਮ ਨਹੀਂ ਲੈਣਾ ਚਾਹਤਾ, ਮਸ਼ਹੂਰ ਹੋ ਜਾਏਗੀ। ਆ ਦੇਖਿਆ, ਮੁਸਕਰਾ ਰਿਹਾ, ਚਾਹਤ ਵੱਧ ਗਈ ਆ। ਅੱਛਾ, ਕਿੰਨਾ ਅਰਸਾ ਤੁਹਾਨੂੰ ਚਾਹੀਦਾ ਕਿ ਤੁਸੀਂ ਪੈਰਾਂ ਤੇ ਖਲੋ? ਇਹ ਤਾਂ ਅੱਲਾ ਕੇ ਹੁਕਮ ਸੇ ਉਹ ਕਹਤੇ ਹੈ ਮੰਜ਼ਿਲ ਮਿਲ ਗਈ ਹੈ, ਆਸਤਾ ਆਸਤਾ ਸਮੁੰਦਰ ਵੀ ਮਿਲ ਜਾਏਗਾ, ਅਗਰ ਡੂਬਤੇ ਕਿਨਾਰੇ ਪੇ ਪਹੁੰਚ ਗਏ ਤੋ
ਲੜਕੀ ਵੀ ਮਿਲ ਜੇ। ਰੱਬਾ, ਸ਼ੇਰਾ ਸ਼ੇਰੀ ਆਂਦੀ ਮੁੰਡੇ ਨੂੰ? ਨਹੀਂ ਨਹੀਂ, ਕਹਾਂ ਆਤੀ ਹੈ ਬਸ ਵੈਸੇ ਹੀ। ਸ਼ੇਰ ਆਂਦਾ? ਸ਼ੇਰ ਨਹੀਂ ਆਤਾ ਬੱਬਰ, ਸ਼ੇਰ ਆਤਾ ਹੈ। ਸ਼ੇਰ ਸੁਣਾ ਦੋ। ਚਲੋ ਆਪਕੇ ਲਈ, ਆਜ ਲਗਤਾ ਹੈ ਗਰਮੀ ਜ਼ਿਆਦਾ ਹੋ ਗਈ ਹੈ। ਆਪਣੀ ਆਲੀ ਵਾਸਤੇ ਸੁਣਾਵੇ? ਨਹੀਂ, ਆਪਕੇ ਲਈ ਪਹਿਲੇ ਸੁਣਾ ਦੇਤਾ ਫਿਰ ਉਸਕੇ ਲਈ ਸੁਣਾਓ। ਆਪਕੇ ਲਈ ਯਹੀ ਹੈ, ਆਜ ਕਲ ਕੀ ਲੜਕੀਆਂ ਹੁਸਨ ਪੇ ਨਾਸ ਕਰਤੀ ਹੈ, ਪਹਿਲਾ ਕਲਮਾ ਆਤਾ ਨੇ ਇੰਗਲਿਸ਼ ਮੇਂ ਬਾਤ ਕਰਤੀ ਹੈ। ਆਪਕੇ ਲਈ ਹੈ। ਇੰਗਲਿਸ਼ ਗੱਲ ਕਰਦੀ ਨਹੀਂ ਮੈਂ, ਪੰਜਾਬੀ ਚ ਕਰਦੀ ਹਾਂ, ਇਹ ਮੇਰੇ ਤੇ ਜੱਚਿਆ ਹੀ ਨਹੀਂ। ਚਲ ਆਪਣੀ ਆਲੀ ਵਾਸਤੇ। ਉਨਕੇ ਲਈ ਤੋ ਸ਼ੇਰ ਨੇ ਉਹ ਕਹਤੇ ਹੈ, ਦਿਲ ਲਗਾਨਾ ਹੈ ਆਪਸੇ, ਅਗਰ ਹਜ਼ਾਰੋਂ ਲੜਕੀਆਂ ਕੋਨੇ ਮੇਂ ਪੜੀ ਹੋ ਤੋ ਆਪਣੀ ਜਾਨ ਕੋ ਇੱਕ ਹੀ ਬਾਤ ਕਹੇਂਗੇ, ਆਪਕੇ ਬਗੈਰ ਕਿਸੀ ਹੋਰ ਕੋ ਫਸਾਨਾ ਹੈ ਯੇ ਤੋ। ਵਾਹ, ਚਲੋ ਚੰਗੀ ਗੱਲ, ਹੋਰ ਤੇ ਕੋ ਫਸਣੀ ਵਣੀ ਮਰੇ, ਉਹ ਮਸਾ ਮਸਾ ਇੱਕ ਫਸ ਗਈ ਹੈ ਜਿਹੜੀ, ਉਹੀ ਬਹੁਤ ਆ। ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਐਨ ਉਧਰ ਦੇਖਣਾ ਤੁਸੀਂ ਕੈਮਰੇ ਵਾਲ, ਇੰਜ ਖਲੋਈਓ ਕੀ। ਵਾਲੇਕੁਮ ਅਸਲਾਮ। ਇਹ ਪੋਜ਼ ਦੇ ਰਹੇ, ਫੋਟੋ ਖਿਚਾ ਲੱਗਿਆ। ਇੰਜ ਖਲੋਏ ਸਾ, ਮੈਂ ਖਲੋ ਜੀ ਜੀ। ਕਿੱਥੋਂ ਆਏ ਹੋ? ਮੈਂ ਗੁਜਰਾਂਵਾਲੇ ਤੋਂ। ਗੁਜਰਾਂਵਾਲਾ ਤੋਂ ਆਏ ਹੋ? ਇੱਥੇ ਕੰਮ ਸ਼ਾਮ ਕਰਨ, ਘੁੰਮਣ ਫਿਰਨ ਜਾਂ ਸ਼ਾਪਿੰਗ ਕਰਨ? ਨਹੀਂ, ਮੈਂ ਜੌਬ ਕਰਨਾ ਸਲੀਮ ਫੈਬਰਿਕਸ ਤੇ। ਜੌਬ ਕਰਦੇ ਹੋ? ਅੱਛਾ, ਕਿੰਨੇ ਅਰਸੇ ਤੋਂ ਕਰ? ਮੈਂ 1 ਸਾਲ ਹੋ ਗਿਆ। 1 ਸਾਲ ਹੋ ਗਿਆ, ਕਿਹਦਾ ਮੋਲ ਲੱਗਾ? ਬਿਹਤਰੀਨ, ਲਿਬਰਟੀ ਚ ਕਰ ਰਹੇ ਹਾਂ। ਲਿਬਰਟੀ ਚ ਕਰਦੇ ਹੋ? ਅੱਛਾ, ਇੱਥੇ ਜ਼ਿਆਦਾਤਰ ਬੁੱਢੀਆਂ ਤਾਂ ਕਰਦੀਆਂ ਆ ਬੰਦੇ? ਦੋਨੋਂ ਹੀ ਜ਼ਿਆਦਾ ਸ਼ਾਪਿੰਗ ਦੇ ਦੌਰਾਨ। ਸਾਡਾ ਤੇ ਵੈਸੇ ਮੇਰਾ, ਮੈਂ ਕੈਸ਼ ਤੇ ਹੁੰਦਾ ਨਾ ਹੈ ਅਕਾਊਂਟਸ ਡਿਪਾਰਟਮੈਂਟ ਚ, ਤੇ ਮੇਰਾ ਜ਼ਿਆਦਾਤਰ ਦੋਵਾਂ ਨਾਲ ਹੀ ਵਾਸਤਾ ਪੈਂਦਾ ਹੈ। ਤਰੀਕਾ ਬੁੱਢੀਆਂ ਦਾ ਕੀ ਹੁੰਦਾ ਤੇ ਬੰਦਿਆਂ ਦਾ ਕੀ ਹੁੰਦਾ ਜਦੋਂ ਡਿਸਕਾਊਂਟ ਕਰਾਣਾ ਹੋਵੇ? ਬੀਬੀਆਂ ਜਿਹੜੀਆਂ ਜ਼ਿਆਦਾ ਬੈਸ ਕਰਦੀਆਂ ਨੇ, ਬੰਦੇ ਨਹੀਂ ਬੈਸ ਕਰਦੇ। ਮੋਸਟਲੀ ਕੀ ਬੋਲਦੀਆਂ ਆ ਕੇ? ਮੋਸਟਲੀ ਇਹ ਹੀ ਬੋਲਦੀਆਂ ਨੇ ਕਿ ਤੁਹਾਡੇ ਕੋਲ ਪਹਿਲੀ ਦਫਾ ਆਏ ਆ, ਪਹਿਲੀ ਦਫਾ ਆਏ ਆ ਤੇ ਡਿਸਕਾਊਂਟ ਕਰੋ, ਇਹ ਉਹ ਇਸ ਤਰ੍ਹਾਂ। ਤੇ ਬੰਦੇ ਚੁੱਪ ਕਰਕੇ ਹੱਥ ਪੈਸੇ ਫੜਾ ਦਿੰਦੇ ਆ? ਹਾਂਜੀ, ਬੰਦੇ ਚੁੱਪ ਕਰਕੇ ਫੜਾ ਦਿੰਦੇ ਨੇ ਭਾਵੇਂ ਜਿੰਨੇ ਮਰਜ਼ੀ ਘੱਟ ਹੋਣ ਜੀ, ਉਦੋਂ ਤੁਸੀਂ ਨਹੀਂ ਬੋਲਦੇ? ਨਹੀਂ, ਬੰਦੇ ਬੈਸ ਕਰਦੇ ਹੀ ਨਹੀਂ। ਅਗਰ ਬੁੱਢੀਆਂ ਵੀ ਐਂਜੀ ਹੱਥ 'ਚ ਪੈਸੇ ਫੜਾ ਕੇ ਚੱਲ ਜਾਣ ਫਿਰ? ਕੁਛ ਮੋਸਟਲੀ ਵੈਸੇ ਸਾਡੇ ਕੋਲ ਕਸਟਮਰ ਜਿਹੜੇ ਆਉਂਦੇ ਨੇ ਨਾ, ਉਹ ਐਲੀਟ ਕਲਾਸ ਆਉਂਦੇ ਨੇ ਤੇ ਉਹ ਬਹਿਸ ਨਹੀਂ ਕਰਦੇ। ਕੁਛ ਆਉਂਦੇ ਨੇ ਕਿ ਜਿਹੜੇ ਆਊਟ ਆਫ ਸਿਟੀ ਤੋਂ ਹੁੰਦੇ ਨੇ, ਉਹ ਬਹਿਸ ਕਰਦੇ ਨੇ। ਮੈਂ ਵੀ ਐਲੀਟ ਕਲਾਸ ਦੀ ਆ ਪਰ ਮੈਂ ਬਹਿਸ ਬਹੁਤ ਕਰਦੀ ਆ। ਉਹ ਤੇ ਕੁਛ ਦੀ ਆਦਤ ਹੁੰਦੀ ਹੈ ਨਾ, ਨੇਚਰ ਹੁੰਦੀ ਹੈ। ਬਹਿਸ ਕਰਨੀ ਚੰਗੀ ਹੁੰਦੀ ਹੈ ਹਾਂਜੀ, ਸਿਹਤ ਵਾਸਤੇ। ਔਰ ਔਰ ਵੈਸੇ ਹੀ ਚਲੋ, ਮੇਰਾ ਇੱਕ ਸਵਾਲ ਦੇਣਾ ਔਰ ਜਵਾਬ ਤੁਸੀਂ ਦੱਸਣਾ ਵਾ, ਐਸਾ ਕਿਹੜਾ ਪਾਕਿਸਤਾਨ ਦਾ ਸ਼ਹਿਰ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਗਏ ਨਹੀਂ ਹਲੇ ਤੱਕ? ਮੈਂ ਆਪਣੇ ਜਿੰਨੇ ਵੀ ਫੇਵਰੇਟ ਸ਼ਹਿਰ ਨੇ ਮੈਂ ਸਾਰੇ ਫਿਰ ਲਏ ਨੇ। ਨਾਰਦਰਨ ਏਰੀਆਜ਼ ਮੈਨੂੰ ਪਸੰਦ ਨੇ, ਉਹ ਮੈਂ ਸਾਰਾ ਨਾਰਦਰਨ ਏਰੀਆਜ਼ ਫਿਰ ਲਿਆ। ਐਸਾ ਕੋਈ ਸ਼ਹਿਰ ਨਹੀਂ ਆ? ਨਹੀਂ, ਐਸਾ ਕੋਈ ਸ਼ਹਿਰ। ਚਲੋ, ਕੋਈ ਸ਼ੇਰ ਸੁਣਾ ਦਿਓ। ਸ਼ੇਰ ਜੀ ਜ਼ਰੂਰ, ਕੁਛ ਦੇਰ ਹੀ ਸਹੀ ਲੇਕਿਨ ਕੈਮਰੇ ਵਾਲ ਦੇਖਣਾ ਵਾ। ਕੁਛ ਦੇਰ ਹੀ ਸਹੀ ਲੇਕਿਨ ਇੱਕ ਹਸੀਨ ਨਜ਼ਰ ਕਾ ਮੈਂ ਇੰਤਖਾਬ ਰਹਾ, ਵੋ ਇੱਕ ਸ਼ਖਸ ਕੇ ਆਇਨਾ ਤਰਸੇ ਜਿਸਕੇ ਲੀਏ, ਵੋ ਇੱਕ ਸ਼ਖਸ ਕੇ ਆਇਨਾ ਤਰਸੇ ਜਿਸਕੇ ਲੀਏ, ਹਾਏ ਕਿਸ ਕਦਰ ਮੁਝੇ ਵੋ ਦਸਤਿਆਬ ਰਹਾ। ਅਰੇ ਵਾਹ, ਭਾਈ ਨੇ ਸਾਰਾ ਇੰਟਰਵਿਊ ਐਂਜ ਖਲੋ ਕੇ ਤਾਂ ਇੱਧਰ ਤਲਾਵਾਂ ਪਈਆਂ ਹੋ ਰਹੇ, ਖਿੱਚ ਪਈ ਆ, ਉੱਧਰ ਹੀ ਮੂੰਹ ਰੱਖਿਆ ਉਹਨਾਂ ਨੇ, ਉੱਧਰ ਮੂੰਹ ਕੀਤਾ। ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਨਾਜ਼ਰੀਨ ਬ੍ਰੇਕ ਦਾ ਟਾਈਮ ਹੋ ਗਿਆ, ਬਾਅਦ ਮੈਂ ਮਿਲਾਂਗੇ। ਬਾਅਦ ਚ ਤੈਨੂੰ ਕਿੰਨੇ ਮੂੰਹ ਲਾਣਾ। ਬਹੁਤ ਸ਼ੁਕਰੀਆ ਜੀ। ਵੈਲਕਮ ਬੈਕ ਨਾਜ਼ਰੀਨ, ਬ੍ਰੇਕ ਤੋਂ ਆਪਾਂ ਵਾਪਸ ਆ ਚੁੱਕੇ ਆ, ਗੱਲ ਬਾਤ ਕਰਦੇ ਆ ਲੋਕਾਂ ਨਾਲ। ਚਲੋ ਚਲੀਏ ਲੋਕਾਂ ਨਾਲ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਕਰਨ ਆਏ ਤੁਸੀਂ ਮਾਰਕੀਟ? ਮੈਂ ਸ਼ਾਪਿੰਗ। ਸ਼ਾਪਿੰਗ ਕੀ ਕੀ ਖਰੀਦਿਆ ਅੱਜ? ਤੋ ਆਏ ਆ। ਅਰੇ ਆਏ ਆ, ਮੈਂ ਕਹਿੰਦੀ ਅੱਜ ਅੰਨੀ ਪਾ ਰਹੀ। ਹਾਂ, ਪਾ ਕੇ ਜਾਵਾਂਗੇ। ਨਾਲ ਕੌਣ ਕੌਣ ਆਇਆ? ਮੇਰਾ ਦੇਵਰ, ਮੇਰੀ ਦਰਾਣੀ। ਅੱਛਾ, ਹਸਬੰਡ ਨਹੀਂ ਆਏ? ਉਹ ਸ਼ਾਪਿੰਗ ਕਰਨ ਹੋਰ ਡਿਫਰੈਂਟ ਗੇਨ। ਬੁੱਢੀਆਂ ਦੇ ਨਾਲ ਬੜੇ ਬੰਦੇ ਸਿਆਣੇ ਹੋ ਗਏ, ਆਂਦੇ ਨਹੀਂ ਆ, ਉਹ ਕਹਿੰਦੇ ਵਾਧੂ ਖਰਚਾ ਕਰਦੀਆਂ ਬੁੱਢੀਆਂ ਜੀ ਆ। ਦੂਸਰੀ ਬੁੱਢੀ ਨਾਲ ਗਏ?
ਉਹ ਦੂਸਰੀ ਬੁੱਢੀ ਨਾਲ ਗਏ ਬੁੱਢੀ ਨਾਲ ਗਏ ਹੈ ਸੱਚੀ ਮੁੱਚੀ ਉਹਨਾਂ ਦੇ ਕੋਈ ਵਿਆਹ ਇੱਕੋ ਹੀ ਅਗਰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਇਰਾਦਾ ਕਰ ਲਿਆ ਕਿ ਹਾਂ ਮੈਂ ਦੂਜਾ ਵਿਆਹ ਕਰਨਾ ਤੇ ਬਾਜੀ ਤੁਸੀਂ ਕੀ ਕਹੋਗੇ ਤੁਹਾਡੇ ਦਿਲ 'ਚ ਕੀ ਆਏਗਾ ਕੁਛ ਵੀ ਨਹੀਂ ਇਜਾਜ਼ਤ ਦੇ ਦੂੰਗੇ ਯਾ ਮਾਤਾ ਬਹੁਤ ਹੈ ਮਾਸ਼ਾਅੱਲਾ ਤਾਂ ਹੀ ਸਿਹਤ ਅੱਛੀ ਅੱਛਾ ਮਤਲਬ ਤੁਸੀਂ ਕਹੋਗੇ ਹਾਂ ਜੀ ਕਰ ਲਓ ਤੁਸੀਂ ਕਰ ਲਓ ਇਹ ਸੱਚੀ ਮੁੱਚੀ ਕਰ ਹੀ ਨਾ ਲੈਣ ਇੰਟਰਵਿਊ ਤੋਂ ਬਾਅਦ ਨਹੀਂ ਅਸੀਂ ਇੱਥੇ ਰਹਿੰਦੇ ਹੀ ਨਹੀਂ ਤਾਂ ਇੱਥੇ ਨਹੀਂ ਰਹਿੰਦੇ ਤੁਸੀਂ ਕਿੱਥੇ ਦੇ ਹੋ ਇੰਗਲੈਂਡ ਇੰਗਲੈਂਡ ਦੇ ਹੋ ਤੇ ਹੋ ਹੀ ਸਕਦਾ ਕਦੀ ਪਾਕਿਸਤਾਨ ਇਕੱਲੇ ਆਏ ਤੇ ਕੜਕਾ ਕੇ ਵਿਆਹ ਫੇਰ ਚਲੇ ਗਏ ਵਾਪਸ ਫੇਰ ਗੱਲ ਨਹੀਂ ਉਹਨਾਂ ਦੀ ਖੁਸ਼ੀ ਹੈ ਜੇ ਕਰ ਲੈਣਗੇ ਤੇ ਵਾਹ ਅਰੇ ਬਾ ਬੁੱਢੀ ਹੋਵੇ ਤੇ ਇੰਜ ਦੀ ਹੋਵੇ ਹੈ ਤੁਹਾਡੀ ਵਾਈਫ ਵੀ ਇਹ ਕਹਿੰਦੀ ਆ ਹਾਂ ਜੀ ਇਹ ਨਾਲ ਹੀ ਜੇ ਉਹਨਾਂ ਨੇ ਕਦੀ ਕਿਹਾ ਕੋਈ ਨਹੀਂ ਤੁਸੀਂ ਵੀ ਦੂਜਾ ਵਿਆਹ ਕਰ ਲਓ ਜੀ ਕਹਿੰਦੀ ਜਿਹੜੇ ਢਾਈ ਵਾਲ ਨੇ ਆ ਵੀ ਖਿੱਚਦੇ ਆ ਅੱਛਾ ਤੁਸੀਂ ਤੁਹਾਡੀ ਬੇਗਮ ਕਿੱਥੋਂ ਉਹਨਾਂ ਨੂੰ ਬੁਲਾਓ ਜ਼ਰਾ ਅੱਛਾ ਪਾਪੜ ਖਾ ਰਹੇ ਨੇ ਹਾਂਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਅੱਛਾ ਅਗਰ ਤੁਹਾਡੇ ਹਸਬੰਡ ਕਹਿੰਦੇ ਦੂਜਾ ਵਿਆਹ ਕਰਨਾ ਇਜਾਜ਼ਤ ਦੇ ਦੂੰਗੇ ਨਹੀਂ ਦੇਖਿਆ ਕਹਿੰਦੇ ਨਹੀਂ ਮੇਰੀ ਬੁੱਢੀ ਕਹਿੰਦੀ ਕਰ ਲਓ ਦੂਜਾ ਵਿਆਹ ਉਹ ਮਜ਼ਾਕ ਕਰ ਰਹੀ ਜਿਹੜੇ ਤੁਹਾਡੇ ਢਾਈ ਵਾਲ ਨੇ ਆ ਵੀ ਖਿੱਚਦੇ ਆ ਅੱਛਾ ਜੀ ਚੋਰੀ ਚੋਰੀ ਇਹਨਾਂ ਨੇ ਕਰ ਲਿਆ ਫੇਰ ਕੀ ਕਰੂੰਗੇ ਇਹਨਾਂ ਦੇ ਨਾਲ ਉਹ ਬਾਅਦ ਮੈਂ ਬਤਾਉਂਗੀ ਨਾ ਫਿਰ ਅੱਜ ਦੱਸੂਗੇ ਮੈਂ ਕਹਿੰਦੀ ਤਿਆਰੀ ਪਹਿਲੇ ਕਰਕੇ ਰੱਖਿਓ ਨਾ ਨਾ ਤਿਆਰੀ ਹੈ ਬੰਦਿਆਂ ਦਾ ਪਤਾ ਨਹੀਂ ਨਾ ਚੱਲਦਾ ਹੈਗਾ ਨਹੀਂ ਇਦਾਂ ਕੰਟਰੋਲ ਹੈ ਕੰਟਰੋਲ ਇਹਨਾਂ ਹੈਗਾ ਕਿੰਨੇ ਸਾਲ ਹੋ ਗਏ ਵਿਆਹ ਨੂੰ ਪਾਕਿਸਤਾਨ ਦਾ ਕਿਹੜਾ ਸ਼ਹਿਰ ਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਹਲੇ ਤੱਕ ਤੁਸੀਂ ਗਏ ਨਹੀਂ ਹੋ ਕੋਈ ਹੈ ਨਹੀਂ ਕੋਈ ਸ਼ਹਿਰ ਨਹੀਂ ਤੁਹਾਡੇ ਮਤਲਬ ਹੈ ਕਿ ਮੈਂ ਇਸ ਸ਼ਹਿਰ ਚ ਜਾਵਾ ਪਾਕਿਸਤਾਨ ਦਾ ਕੋਈ ਐਸਾ ਸ਼ਹਿਰ ਸ਼ੋਕ ਹੋਵੇ ਤੇ ਜਾ ਨਾ ਸਕਿਓ ਕਰਾਚੀ ਕਿਉਂ ਜਾਣਾ ਚਾਹੁੰਦੇ ਵੇਖਣ ਜਾਣਾ ਚਾਹੁੰਦੇ ਆ ਚਲੋ ਚੰਗੀ ਗੱਲ ਆ ਕੋਈ ਸ਼ੇਰ ਬਾਜੀ ਮੇਰੀਆਂ ਦੋ ਤਰੀਫਾਂ ਕਰ ਦਿਓ ਬਹੁਤ ਅੱਛੇ ਨਾਈਸ ਲੱਗ ਰਹੇ ਹੋ ਬਹੁਤ ਸ਼ੁਕਰੀਆ ਜੀ ਤੁਹਾਨੂੰ ਆਂਦਾ ਪਾਇਨ ਸ਼ੇਰ ਨਹੀਂ ਕਦੇ ਨਹੀਂ ਸੁਣਾਇਆ ਜੀ ਤੁਹਾਡਾ ਪ੍ਰੋਗਰਾਮ ਉੱਥੇ ਵੀ ਬੈਠ ਕੇ ਦੇਖਨੇ ਵਾਹ ਮੇਰਾ ਪ੍ਰੋਗਰਾਮ ਦੇਖ ਮੇਰਾ ਸਿਆਪਾ ਦੇਖਦੇ ਹੋ ਕਿੰਜ ਦਾ ਲੱਗਦਾ ਮੇਰਾ ਸਿਆਪਾ ਵੈਰੀ ਨਾਈਸ ਬਹੁਤ ਸ਼ੁਕਰੀਆ ਜੀ ਕਿੰਨਾ ਦੀਆਂ ਲੰਡਨ ਮੇ ਸਾਰਾ ਕੁਛ ਖੁੱਲਾ ਕੋਈ ਮਾਇੰਡ ਹੀ ਨਹੀਂ ਹੈ ਮਾਇੰਡ ਹੀ ਨਹੀਂ ਕਰਦੇ ਕੋਈ ਬਾਤ ਨਹੀਂ ਹੈ ਫੇਰ ਥੋੜਾ ਧਿਆਨ ਰੱਖੋ ਡੋਨਟ ਮਾਈਂਡ ਕੋਈ ਕਹਿੰਦੇ ਟੈਨਸ਼ਨ ਨਹੀਂ ਰੋ ਲਾਣੀ ਤੁਸੀਂ ਦੱਸੋ ਕੋ ਦੋ ਬੁਰਾਈਆਂ ਦੋ ਛਾਈਆਂ ਹਸਬੰਡ ਸਾਰੇ ਬੜੇ ਅੱਛੇ ਆ ਬਸ ਜ਼ੁਬਾਨ ਕੇ ਤੇਜ਼ ਆ ਬੰਦੇ ਤੇਜ਼ ਆ ਮੇਰੇ ਵਰਗੇ ਤੇ ਨਹੀਂ ਫੱਫੇ ਕੁੱਟਨੇ ਨਹੀਂ ਨਹੀਂ ਕੀ ਕਰਾਂ ਮੇਰੇ ਵਰਗੇ ਨਹੀਂ ਬਸ ਉਹਦੇ ਗੱਲ ਕਰ ਦਿੰਦੇ ਨੇ ਚੰਗੀ ਗੱਲ ਐ ਜਦੀ ਆਦਤ ਹੋਣੀ ਚਾਹੀਦੀ ਬਹੁਤ ਸ਼ੁਕਰੀਆ ਜੀ ਵਧੀਆ ਆ ਗਿਆ ਜੀ ਬਹੁਤ ਸ਼ੁਕਰੀਆ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਕਰਨ ਆਏ ਮਾਰਕੀਟ ਬਸ ਵੈਸੇ ਹੀ ਖਾਣਾ ਖਾਇਆ ਥਾ ਤੋ ਇਜ਼ੀਲੀ ਘੁੰਮਨੇ ਕੇ ਲਈ ਆਏ ਹਾਂ ਵਾਕ ਕੇ ਲਈ ਆਏ ਹਾਂ
ਤੋਂ ਅਮੀ ਕੇ ਸਾਥ ਆਇਆ ਹੂੰ। ਖਾਣਾ ਖਾਦਾ ਸੀ ਜਾਂ ਸੁੰਗਿਆ ਸੀ? ਖਾਦਾ ਸੀ। ਜਿੰਨੀ ਕੁ ਸਿਹਤ ਹੈਗੀ, ਇੰਜ ਇੰਜ ਦੇਖੋ ਜੀ, ਇੰਜ ਵੀਰੇ ਸਾਹਮਣੇ ਇੰਜ ਖਲਾਉਣਾ ਵਾ। ਅੱਛਾ, ਬਹੁਤ ਤੇਜ਼ ਹਵਾ ਚੱਲੀ, ਉੱਡ ਉੱਡ ਕੇ ਫੇਰ? ਨਹੀਂ ਨਹੀਂ, ਉੱਡਾਂਗੇ ਨਹੀਂ, ਅੱਲਾ ਦੀ ਮਿਹਰਬਾਨੀ ਦੇ ਨਾਲ ਇਸ ਤਰ੍ਹਾਂ ਹੀ ਅਲਹਮਦੁਲਿਲਾ ਰਹੀਦਾ। ਕੰਮ ਕੀ ਕਰਦੇ ਹੋ? ਕੰਮ ਸ਼ਿਪ ਪਲੇਟ ਦਾ ਕੰਮ ਹੈ ਮੇਰਾ, ਗੈਸ ਕਟਿੰਗ ਦਾ। ਜੰਪਲ? ਜੰਪਲ ਹੋੜ। ਅਰੇ ਵਾਹ, ਵਿਆਹ ਕਿਤੇ ਕਰਨਾ? ਵਿਆਹ ਹੋ ਗਿਆ। ਵਿਆਹ ਹੋ ਗਿਆ? ਲਵ ਮੈਰਿਜ? ਨਹੀਂ ਨਹੀਂ, ਅਰੇਂਜ ਅਰੇਂਜ ਮੈਰਿਜ। ਅੱਛਾ, ਅੰਮਾ ਨਾਲ ਆਏ ਨੇ? ਹਾਂਜੀ, ਅੰਮੀ ਨਾਲ ਨੇ। ਕਿੱਥੇ ਆ? ਅੰਮੀ ਉਹ ਖੜੇ ਨੇ। ਅੱਛਾ, ਅੰਮੀ ਉਹ ਖੜੇ ਨੇ, ਉਹ ਪੱਤੇ ਵੱਜ ਰਹੇ ਆ, ਉੱਡ ਉੱਡ ਕੇ ਏਡੀ ਜ਼ੋਰ ਦੀ ਪੱਤਾ ਵੱਜ। ਅੱਛਾ ਅੰਮੀ ਜੀ, ਗੱਲ ਸੁਣਨਾ। ਅੰਮੀ ਜੀ ਸ਼ਰਮਾਉਂਦੇ ਆ? ਹਾਂਜੀ, ਅੰਮੀ ਸ਼ਰਮਾ ਰਹੇ ਨੇ। ਇੰਜ ਦਾ ਪੋਤਾ ਤੁਹਾਡਾ? ਅੰਮੀ ਜੀ ਕਹਿੰਦੇ ਨਕੰਮਾ। ਨਹੀਂ ਨਹੀਂ ਨਹੀਂ, ਇਹ ਗੱਲ ਨਹੀਂ ਕਰ ਸਕਦੇ। ਚੰਗਾ ਨਹੀਂ ਆ ਨਾ, ਕਹਿੰਦੇ ਹੈ ਹੀ ਨਹੀਂ ਚੰਗਾ, ਬੁੱਢੀ ਪਿੱਛੇ ਲੱਗਾ ਵਾ, ਮਾਂ ਦੀ ਤੇ ਸੌਂਦਾ ਹੀ ਨਹੀਂ, ਪਰਵਾਹ ਹੀ ਨਹੀਂ ਕਰਦਾ। ਨਹੀਂ ਨਹੀਂ, ਇਸ ਤਰ੍ਹਾਂ ਦਾ ਮਾਂ ਦੇ ਲਫ਼ਜ਼ ਨਹੀਂ ਕਹਿ ਸਕਦਾ। ਕਹਿਣਾ ਬੁੱਢੀ ਪਿੱਛੇ, ਉਹ ਦੇਖ ਲੈ ਇਸ਼ਾਰੇ ਕਰਨ ਦੇ ਇੰਜ ਹੀ ਆ। ਇੰਜ ਕਿਉਂ ਹੁੰਦਾ, ਕਿਉਂ ਬਦਲ ਜਾਂਦੇ ਆ? ਬੁੱਢੀਆਂ ਆ ਜਾਂਦੇ, ਕਿਉਂ ਬਦਲ ਜਾਂਦੇ ਸਾਰੇ? ਪਿਆਰ ਮੁਹੱਬਤ ਵੱਧ ਜਾਂਦਾ ਨਾ, ਤੇ ਫਿਰ ਉਹਨਾਂ ਨਾਲ ਘਟ ਜਾਂਦਾ ਪਿਆਰ ਮੁਹੱਬਤ, ਤੇ ਮਾਂ ਨਾਲ ਵੀ ਪਿਆਰ ਕਰੀਦਾ, ਕਿਉਂ ਨਹੀਂ ਕਰੀਦਾ? ਉਹ ਗੱਲ ਹੀ ਨਾ ਰਹਿੰਦੀ ਮਾਂ ਜੀ, ਉਹ ਗੱਲ ਹੀ ਨਾ ਰਹਿੰਦੀ, ਕਹਿੰਦੇ ਨਹੀਂ ਰਹਿੰਦੀ। ਸਹੀ ਹੋ ਗਿਆ। ਚਲੋ ਮੈਨੂੰ ਇਹ ਦੱਸੋ, ਮੈਂ ਇੰਨਾ ਕੀ ਪੁਆੜਾ ਪਾਉਣਾ ਸੀ ਟੈਨਸ਼ਨ ਦਾ, ਮੈਂ ਆਪਣਾ ਕੰਮ ਕਰਤਾ। ਅੱਛਾ, ਐਸਾ ਪਾਕਿਸਤਾਨ ਦਾ ਕਿਹੜਾ ਸ਼ਹਿਰ ਹੈ ਜਿੱਥੇ ਜਾਣਾ ਚਾਹੁੰਦੇ ਹੋ ਤੇ ਹਲੇ ਤੱਕ ਗਏ ਨਹੀਂ? ਗਿਲਗਿਤ ਬਸ, ਉਹ ਚਿਤਰਾਲ। ਚਿਤਰਾਲ ਕਿਉਂ, ਉੱਥੇ ਕਿਉਂ ਜਾਣਾ ਚਾਹੁੰਦੇ ਹੋ? ਉੱਥੇ ਇਸ ਵਜ੍ਹਾ ਤੋਂ ਜਾਣਾ ਚਾਹੁੰਦੇ ਹਾਂ ਕਿ ਉੱਥੋਂ ਦਾ ਜਿਹੜਾ ਡਿਸਿਪਲਿਨ ਹੈ ਨਾ, ਅਲੱਗ ਹੈਗਾ, ਔਰ ਇਸ ਵਜ੍ਹਾ ਤੋਂ ਅਲੱਗ ਹੈਗਾ ਕਿ ਉੱਥੋਂ ਦੇ ਲੋਕਾਂ ਦਾ ਮਾਮਲਾ ਜਿਹੜਾ ਦੂਸਰੇ ਸ਼ਹਿਰਾਂ ਨਾਲੋਂ ਨਾ ਬਹੁਤ ਚੇਂਜ ਹੈਗਾ। ਉਹ ਇਸ ਤਰ੍ਹਾਂ ਚੇਂਜ ਹੈਗਾ ਕਿ ਯਾਨੀ ਕਿ ਜਿਸ ਤਰ੍ਹਾਂ ਦੂਸਰੇ ਸ਼ਹਿਰਾਂ ਦਾ ਮਾਹੌਲ ਹੈ ਨਾ, ਕਿ ਮਾਂ ਯਾਨੀ ਕਿ ਮਾਂ ਬਾਪ ਦੀ ਅਰੇਂਜ ਦੇ ਮੁਤਾਬਿਕ ਜੋ ਵੀ ਕਰੀਦਾ, ਲੇਕਿਨ ਉਹ ਜਿਸ ਤਰ੍ਹਾਂ ਅਸੀਂ ਜਾਵਾਂਗੇ ਉਹ ਲੜਕੀ ਲੜਕਾ ਪਸੰਦ ਕਰਨਗੇ, ਉਹੀ ਲੜਕੀ ਲੜਕੇ ਨੂੰ ਐਕਸੈਪਟ ਕੀਤੀ ਤੇ ਫਿਰ ਉਹਦੇ ਨਾਲ ਜਾਏਗੀ। ਕਿੰਨੇ ਕਿੰਨੇ ਸੂਟ ਲਏ ਮੈਨੇ ਤੋਂ ਇੱਕ ਹੀ ਲਿਆ ਕਰਦੇ ਕੀ ਆ ਮੈਂ ਨਾਈਨਥ ਮੈਂ ਹੂੰ ਬੰਨਾ ਕੀ ਚਾਹੁੰਦੇ ਹੋ ਜੋ ਬਣ ਗਏ ਹਲੇ ਸੋਚਿਆ ਨੀ ਡਾਕਟਰ ਬਣਾ ਜਾਂ ਕੁਛ ਨਹੀਂ ਅਭੀ ਕੁਛ ਨਹੀਂ ਸੋਚਾ ਹਲੇ ਕੁਛ ਨਹੀਂ ਸੋਚਿਆ ਸੋਚਿੰਗੇ ਚੰਗੀ ਗੱਲ ਆ ਚਲੋ ਕਿੰਨੀਆਂ ਭੈਣਾਂ ਤੁਹਾਡੀਆਂ ਮੇਰੀ ਬਸ ਇੱਕ ਬਈ ਕੀ ਆ ਭਰਾ ਇੱਕ ਭਰਾ ਇੱਕ ਭੈਣ ਲੜਾਕੀ ਕੌਣ ਕੋਈ ਵੀ ਨਹੀਂ ਧੋਨੀ ਸ਼ਰੀਫ ਨੇ ਬਹੁਤ ਆਪਸ ਨਹੀਂ ਲੜਦੀਆਂ ਨਹੀਂ ਕਿੰਨੀ ਫਿੱਕੀ ਜ਼ਿੰਦਗੀ ਤੁਹਾਡੀ ਅਸੀਂ ਤੇ ਭੈਣਾਂ ਇੰਨੀਆਂ ਲੜਦੀਆਂ ਸੀ ਸਿਰ ਪਾੜ ਦਿੰਦੀਆਂ ਸੀ ਕਦੇ ਕਦੇ ਹੋ ਜਾਂਦਾ ਜਬ ਹੋਤਾ ਤਾਂ ਫਿਰ ਬਹੁਤ ਉੱਪਰ ਕੋਤਾ ਪਾਕਿਸਤਾਨ ਦਾ ਕਿਹੜਾ ਸ਼ਹਿਰ ਹੈ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ, ਤੁਸੀਂ ਗਏ ਨੀ ਜਾਣਾ ਚਾਹੁੰਦੇ ਹੋ? ਐਸਾ ਕੋਈ ਵੀ ਨਹੀਂ, ਕੋਈ ਸ਼ਹਿਰ ਨੀ ਜਿੱਥੇ ਜਾਣਾ ਚਾਹੁੰਦੇ? ਨਹੀਂ, ਉਹਨੇ ਗੱਲ ਹੀ ਮੁਕਾ ਦਿੱਤੀ, ਉਹਨੇ ਕਿਹਾ ਮੈਂ ਸਿਆਪਾ ਹੀ ਮੁਕਾਵਾਂ, ਹੈ ਹੀ ਨਹੀਂ ਐਸਾ ਕੋਈ ਸ਼ਹਿਰ। ਕੋਈ ਸ਼ੇਰ ਆਉਂਦਾ ਤੁਹਾਨੂੰ? ਸ਼ੇਰ ਨਹੀਂ, ਗਾਣਾ ਵੀ ਨਹੀਂ ਆਉਂਦਾ। ਗਾਣਾ ਵੀ ਨਹੀਂ ਆਉਂਦਾ ਸ਼ੇਰ? ਚਲੋ ਮੇਰੀਆਂ ਦੋ ਤਾਰੀਫਾਂ ਕਰ। ਦੋ ਤਾਰੀਫਾਂ? ਇੱਕ ਆਪ ਪੰਜਾਬੀ ਬਹੁਤ ਅੱਛੀ ਬੋਲਤੀ ਹੈ, ਔਰ ਦੂਸਰਾ ਆਪਕੀ ਜੁਗਤੇ ਬਹੁਤ ਅੱਛੀ ਹੋਤੀ ਹੈ। ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ, ਸ਼ੁਕਰੀਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਕਰਨਾ ਹੈ ਮਾਰਕੀਟ? ਮੇਰੀ ਸ਼ੋਪ ਹੈ ਇਧਰ। ਸ਼ੋਪ ਆ? ਕਿਹਦੀ ਸ਼ੋਪ ਆ?
ਜੁਐਲਰੀ ਦੀ ਸ਼ੋਪ ਹੈ ਮੇਰੀ। ਜੁਐਲਰੀ ਦੀ ਸ਼ੋਪ ਆ, ਬੜੀ ਛੋਈ ਲਾਂਦੇ ਮੈਂ ਸੁਣਿਆ ਜੁਐਲਰੀ ਵਾਲੇ। ਅਭੀ ਤੋ ਕਾਮ ਹੀ ਬੜੇ ਸਲੋ ਹੋ ਰਹੇ ਹੈ, ਵਰਨਾ ਮਾਸ਼ਾਅੱਲਾ ਸ਼ੁਕਰ ਅੱਲਾ ਕਾਮ ਅੱਛੇ ਤੇ, ਅਭੀ ਮਾਰਕੀਟ ਸਲੋ ਹੈ ਜ਼ਰਾ। ਅੱਛਾ, ਡਿਸਕਾਊਂਟ ਦਿੰਦੇ ਤੁਸੀਂ? ਹਾਂ ਜੀ, ਡਿਸਕਾਊਂਟ ਕਰਤੇ ਹੈ, ਫਿਰ ਕਸਟਮਰ ਜ਼ਾਰੀ ਬਾਤ ਆਪਣਾ ਕਸਟਮਰ ਬਣਾਨੇ ਕੇ ਲੀਏ ਡਿਸਕਾਊਂਟ ਦੇਂਗੇ, ਫਿਰ ਰਿਪੀਟ ਕਸਟਮਰ ਆਤੇ ਹੈ। ਮੈਨੂੰ ਕਿੰਨਾ ਡਿਸਕਾਊਂਟ ਦੋਗੇ? ਆਪਕੇ ਲੀਏ ਸਪੈਸ਼ਲ ਡਿਸਕਾਊਂਟ ਹੋਗਾ, ਆਪ ਆਏ ਹਮਾਰੀ ਸ਼ੋਪ ਤੇ। 50 60 70 ਜਿਤਨੇ ਆਪ ਕਹੇਂਗੇ ਲਗਾ ਦੇਂਗੇ। ਵਾਹ, 500 ਵਾਲੀ ਸ਼ੈ ਕਹਿਣਾ ਸੋਚ ਲਾ ਦਿਓ, ਠੀਕ ਹੈ? ਕਿਆ ਪਾਏ ਹਮ ਆਪਕੇ ਪ੍ਰੋਗਰਾਮ ਵੀ ਬੜੇ ਸ਼ੌਕ ਸੇ ਦੇਖਤੇ ਹੈ, ਔਰ ਮਾਸ਼ਾਅੱਲਾ ਆਪਕੀ ਸਭਸੇ ਜੋ ਅੱਛੀ ਬਾਤ ਲਗਤੀ ਹੈ ਵੋ ਆਪਕੀ ਪੰਜਾਬੀ, ਪੰਜਾਬੀ ਜ਼ੁਬਾਨ ਆ ਬਹੁਤ ਖੂਬਸੂਰਤ ਅੰਦਾਜ਼ ਸੇ ਬੋਲਤੇ ਹੈ, ਪੰਜਾਬੀ ਆਪਕੀ ਬਹੁਤ ਅੱਛੀ ਲਗਤੀ ਹੈ। ਬਹੁਤ ਸ਼ੁਕਰੀਆ ਜੀ, ਵਿਆਹ ਹੋ ਗਿਆ ਪਾਏ ਤੁਹਾਡਾ? ਜੀ ਮਾਸ਼ਾਅੱਲਾ ਦੋ ਬੱਚੇ ਆ ਮੇਰੇ। ਅਰੇ ਵਾਹ, ਲੋਰਦੇ ਹੋ? ਜੀ ਜੀ ਲੋਰ ਗਏ ਆ। ਚਲੋ ਚੰਗੀ ਗੱਲ ਆ, ਕਦੀ ਹੋਇਆ ਜ਼ੇਨ ਚ ਆਇਆ ਹੋਵੇ ਮੈਂ ਦੂਜਾ ਵਿਆਹ ਕਰਾ ਲਾ ਹੁਣ। ਇਹ ਤੋ ਹਰ ਮਰਦ ਕਾ ਦਿਲ ਚਾਹਤਾ ਹੈ ਕਿ ਦੋ ਰੋਲਾ ਕਿ ਹਰ ਬੰਦੇ ਦਾ ਹੀ ਦਿਲ ਚਾਹੁੰਦਾ, ਐਸਾ ਕੋਈ ਬੰਦਾ ਨਹੀਂ ਹੈ ਜਿਹੜਾ ਦਿਲ ਨਹੀਂ ਚਾਹੁੰਦਾ, ਇੰਜ ਕਿਉਂ? ਬਸ ਹਰ ਮਰਦ ਕੇ ਵੈਸੇ ਵੀ ਹਮ ਮੁਸਲਮਾਨ ਹੈ ਤੋ ਚਾਰ ਸ਼ਾਦੀਆਂ ਕੀ ਇਜਾਜ਼ਤ ਹੈ, ਲੇਕਿਨ ਏਕ ਪੇ ਅੱਜ ਕੱਲ ਗੁਜ਼ਾਰਾ ਹੋ ਜਾਏ ਤੋ ਯਹੀ ਬੜੀ ਬਾਤ ਹੈ, ਜੋ ਮਹਿੰਗਾਈ ਕਾ ਦੌਰ ਚੱਲ ਰਿਹਾ ਹੈ, ਏਕ ਪੇ ਹੀ ਸ਼ੁਕਰ ਅੱਲਾ ਕਾ ਜੀ। ਤੁਸੀਂ ਆਪਣੀ ਵਾਈਫ ਨੂੰ ਕਿਹਾ ਪਾਗਾ ਲਈਏ ਦੂਜਾ ਵਿਆਹ ਕਰਾਉਣਾ ਚਾਹੁੰਦਾ? ਉਹ ਗੁੱਸਾ ਕਰ ਜਾਏਗੀ ਨਾ, ਪਹਿਲੇ ਏਕ ਆਣੀ ਕਦੀ ਬਸ ਕਹਿਣੇ ਕੀ ਮਤ ਹੀ ਨਹੀਂ ਹੁੰਦੀ। ਡਰ ਵੀ ਆ। ਅੱਛਾ ਕੈਂਜੀ ਦਾ ਗੁੱਸਾ ਉਹ ਕਰਦੇ ਡਾਡੇ ਨੇ? ਸਹੀ ਹੈ, ਮੈਂ ਨਾਰਮਲ ਤਬੀਅਤ ਦਾ ਬਹੁਤ ਗੁੱਸਾ ਵੀ ਨਹੀਂ ਕਰਦੇ, ਔਰ ਫ੍ਰੈਂਕਲੀ ਹੈ ਮੇਰੇ ਸਾਥ, ਸ਼ੁਕਰ ਅੱਲਾ ਦਾ ਅੱਛੀ ਜ਼ਿੰਦਗੀ। ਇਹ ਗੱਲ ਕਰਕੇ ਦੇਖਿਓ ਨਾ, ਤੁਹਾਨੂੰ ਪਤਾ ਚੱਲ ਜਾਏਗਾ ਕਿੱਡੀ ਕਿ ਡਾਡੀ ਆ। ਠੀਕ ਹੈ ਜੀ, ਸਹੀ ਕਿ ਦੂਜਾ ਵਿਆਹ ਕਰਾਉਣਾ ਚਾਹੁੰਦਾ, ਇਹ ਵੀ ਤਜਰਬਾ ਕਰ ਲੇਗੇ, ਲੇਕਿਨ ਉਹ ਜ਼ਰੂਰਤ ਨਹੀਂ ਅਭੀ, ਠੀਕ ਹੈ ਜੋ ਹਾਲਾਤ ਚੱਲ ਰਹੇ ਨਾ। ਪਾਕਿਸਤਾਨ ਦਾ ਐਸਾ ਕਿਹੜਾ ਸ਼ਹਿਰ ਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਅੱਜ ਤੱਕ ਨਹੀਂ ਤੁਸੀਂ ਗਏ? ਪਾਕਿਸਤਾਨ ਕੀ ਤੋ ਮਾਸ਼ਾਅੱਲਾ ਸਾਰੀ ਸ਼ਹਿਰ ਖੂਬਸੂਰਤੀ ਮਾਸ਼ਾਅੱਲਾ ਬੜੀ ਆ, ਪਹਾੜੀ ਇਲਾਕੋ ਮੈਂ ਦੇਖਣੇ ਦਾ ਬੜਾ ਸ਼ੌਕ ਹੈ, ਖੂਬਸੂਰਤ ਨਜ਼ਾਰੇ ਹੈ ਵਹਾਂ ਪੇ। ਨਾਰਦਰਨ ਏਰੀਆਸ ਉੱਥੇ ਜਾਣਾ ਚਾਹੁੰਦੇ ਹੋ? ਜੀ ਪਹਾੜੀ ਇਲਾਕੇ ਦੇਖਣੇ ਦਾ ਸ਼ੌਕ ਹੈ ਜੀ। ਗਏ ਨਹੀਂ ਕਦੀ? ਨਹੀਂ, ਜਾਂਦੇ ਰਹਤੇ ਹੈ, ਬੜੀ ਸਵਾਦ ਨਰਾਨ ਕਗਾਨ ਮਰੀ ਇਧਰ ਜਾਂਦੇ ਰਹਤੇ ਹੈ, ਲੇਕਿਨ ਫਿਰ ਵੀ ਦਿਲ ਕਰਤਾ ਬਾਰ ਬਾਰ ਇਨ ਜਗ੍ਹਾ ਕੋ ਇਨ ਲਮਹਾਤ ਕੋ ਦੇਖਣੇ ਕਾ। ਹਮ ਕਸ਼ਮੀਰ ਗਏ ਥੇ, ਵਹਾਂ ਪੇ ਬੜਾ ਬਹੁਤ ਹੀ ਇੱਕ ਅਲੱਗ ਹੀ ਨਜ਼ਾਰਾ ਹੈ, ਕਸ਼ਮੀਰ ਜ਼ੀਰੋ ਲਾਈਨ ਤੱਕ ਹਮ ਹੋ ਕੇ ਆਏ ਹੈ, ਮਾਸ਼ਾਅੱਲਾ ਬੜੀ ਆਪਣੀ ਸੇਫਟੀ ਵੀ ਜ਼ਰੂਰੀ ਹੈ, ਬਹੁਤ ਜਗ੍ਹਾ ਪੇ ਜਾਣਾ ਚਾਹੀਏ ਜਗ੍ਹਾ ਪੇ ਸੇਫਟੀ ਵੀ ਹੋ, ਜਹਾਂ ਸਹੀ ਮਤਲਬ ਬੰਦਾ ਆਸਾਨੀ ਸੇ ਪਹੁੰਚ ਸਕੇ। ਇਹ ਤੇ ਹੈ। ਅੱਛਾ ਚਲੋ ਕੋਈ ਸ਼ੇਰ ਸੁਣਾ ਦਿਓ ਫਿਰ। ਸ਼ੇਰ ਸ਼ੇਰ ਬਾਬਾ ਬੁੱਲੇ ਸ਼ਾਹ ਕਾਬ ਕੋ ਸੁਣਾਤੇ ਹੈਂ। ਅੱਜ ਵੀ ਕੀਤੀ ਜਾਂਦੇ ਹੋ ਤੇ ਲਹੂ ਵੀ ਪੀਤੀ ਜਾਂਦੇ ਹੋ, ਖੋ ਕੇ ਮਾਲ ਯਤੀਮਾਂ ਤੇ ਭੱਜ ਮਸੀਤੀ ਜਾਂਦੇ ਹੋ, ਫੱਟ ਦਿਲਾਂ ਦੇ ਸੀਨੇ ਨਹੀਂ ਤੇ ਟੋਪੀਆਂ ਸੀਤੀ ਜਾਂਦੇ ਹੋ, ਫਰਜ਼ ਭੁਲਾਈ ਬੈਠੇ ਹੋ ਤੇ ਨਫਲਾ ਨੀਤੀ ਜਾਂਦੇ ਹੋ, ਉਹ ਦੱਸੋ ਵੀ ਬੁੱਲੇ ਸ਼ਾਹ ਨੂੰ ਕੀ ਕੁਝ ਕੀਤੀ ਜਾਂਦੇ ਹੋ। ਵਧੀਆ ਹੋ ਗਿਆ ਜੀ, ਸ਼ੁਕਰੀਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਕੀ ਕਰਨ ਆਏ ਮਾਰਕੀਟ? ਮੰਗਣਾ ਆ। ਮੰਗਣਾ ਆ ਤੇ ਕੀ ਮੰਗਿਆ? ਕੋਈ ਸ਼ਾਇ ਨਹੀਂ ਜੀ, ਇੱਥੇ ਹਰ ਬੰਦਾ ਹੀ ਭੁੱਖ ਨਾਲ ਮਰਿਆ ਪਿਆ ਤੇ ਸਾਨੂੰ ਨਾ ਵੇਖ ਕੇ ਕਿਹਾ ਜੀ ਇਸ ਟਾਈਮ ਸਿਰ ਘਰ ਜਾਓ, ਤੁਹਾਡੀਆਂ ਜਨਾਨੀਆਂ ਜਿਹੜੀਆਂ ਨਾ ਤੁਹਾਡਾ ਇੰਤਜ਼ਾਰ ਕਰਨੇ ਪਏ। ਮੈਂ ਜੀ ਐਕਚੁਲੀ ਅਬੀਰਾ ਖਾਂ ਜੀ ਤੁਹਾਡਾ ਬੜਾ ਫੈਨ ਆ, ਮੈਂ UK ਤੋਂ ਆਇਆ। ਠੀਕ ਹੈ, ਆਏ ਹੋ
ਤੇ ਤੁਹਾਡਾ ਸ਼ੋਅ ਵਗੈਰਾ ਵੇਖੀਦਾ ਸੀ ਤੇ ਕਾਫੀ ਸਾਨੂੰ ਪਸੰਦ ਆਇਆ ਤੇ ਮੈਂ ਕਿਹਾ ਚਲੋ ਅਸੀਂ ਵੀ ਕੋਈ ਮਨੋਰੰਜਨ ਤੁਹਾਡੇ ਨਾਲ ਕਰ ਦਈਏ। ਅਸੀਂ ਤੁਸੀਂ ਪਾਕਿਸਤਾਨ ਘੁੰਮਣ ਫਿਰਨ ਆਏ ਹੋ? ਜੀ ਬਿਲਕੁਲ, ਅਸੀਂ ਪਾਕਿਸਤਾਨ ਦੇ ਜੰਮਪਲ ਆ ਤੇ ਜ਼ਾਰੀ ਗੱਲ ਇਹ ਘੁੰਮਣ ਫਿਰਨ ਆਏ। ਲੈ ਆਏ ਫੈਮਿਲੀ ਨਾਲ ਆਏ? ਮੈਂ ਫਿਲਹਾਲ ਇਕੱਲਾ ਆਇਆ ਕਿਉਂਕਿ ਉਹਨਾਂ ਗੜ ਛੱਡਿਆ। ਫੈਮਿਲੀ ਨੇ? ਨਹੀਂ ਨਹੀਂ ਜੀ, ਫੈਮਿਲੀ ਮੇਰੀ ਉੱਥੇ UK ਹੀ ਹੈ ਤੇ ਬਸ ਇੱਕ ਕੋਈ ਸਿਲਸਿਲਾ ਸੀ ਆਪਣਾ ਦੇ ਇਸ ਵਾਸਤੇ ਹਾਜ਼ਰ ਹੋਏ ਆ ਪਾਕਿਸਤਾਨ। ਇੱਕੋ ਹੀ ਵਿਆਹ ਵਾ ਤੁਹਾਡਾ? ਜੀ ਫਿਲਹਾਲ ਤੇ ਕੀ ਹੈ ਜੀ ਉਹ ਨਿਭ ਜਾਏ ਸੀ। ਤੇ ਦੂਜਾ ਕਰਾਉਣਾ ਚਾਹੁੰਦੇ ਹੁਣੇ? ਨਹੀਂ ਜੀ, ਫਿਰ ਅੱਲਾ ਮਾਫੀ ਦੇਵੇ। ਅੱਲਾ ਟੀਵੀ ਦੀ ਵਜ੍ਹਾ ਤੋਂ ਕਹਿ ਰਹੇ ਅੱਲਾ ਮਾਫੀ ਦੇ, ਹਰ ਮਰਦ ਨਾਲ ਦਿਲ ਕਰਦਾ ਦੂਜਾ ਵਿਆਹ ਕਰਾਉਣ। ਨਹੀਂ ਜੀ, ਐਵੇਂ ਗੱਲਾਂ ਹੀ ਬਣੀਆਂ ਨੇ, ਜਿਹੜੇ ਪਾਕਿਸਤਾਨ ਦੇ ਹਾਲਾਤ ਨੇ ਤੇ ਉੱਥੇ UK ਦੇ ਹਾਲਾਤ ਵੇਖ ਕੇ ਬੰਦਾ ਕਹਿੰਦਾ ਇੱਕ ਹੀ ਪੂਰਾ ਹੋ ਜਾਏ ਤੇ ਬੜੀ ਗੱਲ ਨੇ। ਕਰਾ ਲਓ, ਤੁਹਾਨੂੰ ਤੇ ਇਹ ਵੀ ਟੈਨਸ਼ਨ ਨਹੀਂ ਹੈ, ਮੈਦਾਨ ਖਾਲੀ ਹੋ ਜਾਣਾ ਤੁਹਾਡਾ, ਆਲਰੇਡੀ ਖਾਲੀ ਆ। ਆਲਰੇਡੀ ਖਾਲੀ ਇਹ 'ਚ ਕੋਈ ਸ਼ੱਕ ਨਹੀਂ, ਲੇਕਿਨ ਜਿਹੜਾ ਨਾ ਅੱਗੋਂ ਇਜਾਜ਼ਤ ਨਹੀਂ ਮਿਲ ਰਹੀ ਹੈਗੀ, ਤੁਹਾਨੂੰ ਪਤਾ ਅੱਗੋਂ ਹਕੂਮਤ ਵੀ ਬੜੀ ਸਖਤ ਹੈ, ਘਰ ਵਾਲੀ ਇੱਥੋਂ ਵਾਲੀ ਨਹੀਂ ਕਹਿ ਰਹੇ ਹੈਗੇ ਤੇ ਬਾਕੀ ਇਸ ਪਾਸੇ ਸਾਡਾ ਮੇਰਾ ਅਜੇ ਫਿਲਹਾਲ ਕੋਈ ਖਿਆਲ ਨਹੀਂ ਹੈਗਾ ਕਿਉਂਕਿ ਜਿਹੜੇ ਮੇਰੇ ਦੋ ਤਿੰਨ ਹੈ ਨੇ ਉਹ ਵੀ ਜਾਂਦੇ ਰਹਿਣੇ। ਦੋ ਤਿੰਨ ਕੀ ਹੈ? ਬਹਾਲ ਮੈਂ ਕਹਿਣ ਦਿਆਂ ਨਾ। ਅੱਛਾ, ਮੈਨੂੰ ਨਹੀਂ ਨਜ਼ਰ ਆ ਰਹੇ। ਅੱਛਾ, ਮੈਂ ਇੱਕ ਗੱਲ ਸੁਣੀ ਆ, ਹੈ ਨਾ? ਸਿਰਫ ਸੁਣਨੀ ਆ, ਤੁਸੀਂ ਜ਼ਿਆਦਾ ਨਹੀਂ, ਅੱਗੇ ਦੱਸੋ। ਮੈਂ ਇੱਕ ਗੱਲ ਸੁਣੀ ਆ, ਤੁਸੀਂ ਕਨਫਰਮ ਕਰਨਾ, ਕਹਿੰਦੇ ਕਿ ਜਿਹੜੇ ਸਿਰ ਤੇ ਇੱਕ ਬਾਲ ਨਾ ਹੋਵੇ ਉਹ ਬੰਦਾ ਅਮੀਰ ਬਹੁਤ ਹੁੰਦਾ, ਇਹ ਸੱਚ ਵਾ? ਪਤਾ ਨਹੀਂ ਹੈ, ਮੈਂ ਵੇਖੋ ਜੀ ਮੇਰਾ ਮੋਬਾਈਲ ਜਿਹੜਾ ਉਹ ਐਪਲ ਦਾ ਹੈ, ਇਹ ਘੜੀ ਮੈਂ ਗੈਸ ਦੀ ਪਾਈ, ਬਾਕੀ ਮੈਂ ਪੈਸੇ ਤੁਹਾਨੂੰ ਵਿਖਾਣੇ ਕਿਉਂਕਿ ਤੁਸੀਂ ਖੋ ਲੈਣੇ ਤੇ ਬਾਕੀ ਇਹ 'ਚ ਕਾਫੀ ਜ਼ਿਆਦਾ ਸਦਾਕਤ ਹੈ ਕਿ ਜਿਹੜੇ ਬੰਦੇ ਸਿਰ 'ਤੇ ਵਾਲ ਨਹੀਂ ਹੁੰਦੇ ਅੱਲਾਹ ਤਾਲਾ ਉਹਨੂੰ ਪੈਸੇ ਕਾਫੀ ਦੇ ਛੱਡਦਾ। ਬਾਕੀ ਉਹ ਜਨਾਨੀਆਂ ਲੈ ਜਾਓ, ਉਹਨਾਂ ਦੀ ਵੱਖਰੀ ਗੱਲ ਹੈ। ਕਿੰਨੀਆਂ ਕੁ ਜਨਾਨੀਆਂ? ਇੱਕੋ ਹੀ ਹੈਗੀ ਆ, ਜਿੱਦ ਮੈਂ ਜੀ ਹੁਣ ਖੱਡੀ 'ਤੇ ਕੋਈ 4-5 ਸੂਟ ਲਏ ਨੇ ਉਹਦੇ ਵਾਸਤੇ ਅਤੇ ਅੱਗੋਂ ਫਿਰ ਉਹਨਾਂ ਕਿਹਾ ਜੀ ਨਵਾਂ ਮਨੋਰੰਜਨ ਕੱਲ੍ਹ ਕਰਨਾ, ਕੱਲ੍ਹ ਫਿਰ ਜਾਵਾਂਗੇ ਜੀ ਕੀ ਐਮਪੋਰੀਅਮ 'ਚ ਤੇ ਬਾਕੀ ਜਿਹੜੇ ਜੁੜੇ ਹੈ ਨੇ ਉੱਥੇ ਲਾ ਦਾਂਗੇ, ਬਸ ਸਾਡਾ ਤਾਂ ਇੰਨਾ ਕੁਛ ਹੀ ਹੈਗਾ। ਅੱਛਾ, ਪਾਕਿਸਤਾਨ ਦਾ ਐਸਾ ਕਿਹੜਾ ਸ਼ਹਿਰ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਪਰ ਹਾਲੇ ਤੱਕ ਗਏ ਨਹੀਂ? ਮੈਂ ਜੀ ਪਾਕਿਸਤਾਨ ਦਾ ਇੱਕੋ ਸ਼ਹਿਰ ਹੈ ਸਕਰਦੂ, ਗਿਲਗਿਲ ਬਲਤਿਸਤਾਨ 'ਚ, ਬਾਕੀ ਤਾਂ ਮੈਂ ਸਾਰੀ ਮਾਸ਼ਾਅੱਲਾ ਵੇਖਿਆ ਪਾਕਿਸਤਾਨ। ਉਹ ਮੇਰੀ ਖਵਾਹਿਸ਼ ਹੈ ਕਿਉਂਕਿ ਮੈਂ ਆਲਰੇਡੀ ਯੂਰਪ ਵੀ ਰਿਹਾ, ਸਪੇਨ 'ਚ ਵੀ ਰਿਹਾ, ਇੰਗਲੈਂਡ 'ਚ ਵੀ ਰਿਹਾ ਅਤੇ ਮੇਰੀ ਖਵਾਹਿਸ਼ ਹੈ ਕਿ ਮੈਂ ਸਕਰਦੂ ਵੇਖਾਂ। ਅਤੇ ਕਿਉਂ ਜਾਣਾ ਚਾਹੁੰਦੇ ਹੋ? ਨੌਰਦਰਨ ਏਰੀਆ ਜ਼ਰਾ ਖੂਬਸੂਰਤ ਹੈ ਕਿਉਂਕਿ ਅਸੀਂ ਸਾਰੀ ਦੁਨੀਆ ਘੁੰਮ ਫਿਰ ਚੁੱਕੇ ਹਾਂ ਅਤੇ ਉਹਦਾ ਵੀ ਸਾਡਾ ਵੇਖਣ ਦਾ ਦਿਲ ਕਰਦਾ। ਸ਼ੇਅਰ ਸੁਣਾ ਦਿਓ ਫਿਰ ਮੈਨੂੰ। ਸ਼ੇਅਰ ਬਹੁਤ, ਤੁਸਾਂ ਮੈਨੂੰ ਬਿੱਲ ਨਾ ਵਹਾ ਦਿਆ ਜੀ ਬਿਜਲੀ ਦਾ ਕਿਉਂਕਿ ਮੈਨੂੰ ਭੁੱਲ ਜਾਣਾ ਹੈ। ਸ਼ੇਅਰ ਕਿਹੜਾ ਤੁਹਾਨੂੰ ਸੁਣਾਈਏ, ਪੰਜਾਬੀ ਦਾ ਜਾਂ ਉਰਦੂ ਦਾ? ਜਿਹੜਾ ਤੁਹਾਨੂੰ ਯਾਦ ਹੋਵੇ। ਲਓ ਜੀ ਸ਼ੇਅਰ, ਪੰਜਾਬੀ ਦਾ ਸ਼ੇਅਰ ਹੈ ਜੀ, ਮੌਸਮ ਤੇਰੇ ਆਵਣ ਨਾਲ, ਮੌਸਮ ਤੇਰੇ ਜਾਵਣ ਨਾਲ, ਬੰਦਾ ਇਕੱਲਾ ਰਹਿ ਜਾਂਦਾ ਹੈ ਬਹੁਤੇ ਯਾਰ ਬਣਾਵਣ ਨਾਲ, ਪਹਿਲੀ ਗੱਲ ਵੀ ਨਹੀਂ ਰਹਿੰਦੀ ਬਹੁਤੀ ਗੱਲ ਵਧਾਵਣ ਨਾਲ। ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ ਜੀ। ਨਾਜ਼ਰੀਨ, ਵਕਤ ਹੋ ਗਿਆ ਨਿੱਕੀ ਜਿਹੀ ਬ੍ਰੇਕ ਦਾ, ਤੁਸੀਂ ਕਿਤੇ ਨਹੀਂ ਜਾਣਾ, ਚੈਨਲ ਨਹੀਂ ਬਦਲਣਾ, ਮੈਂ ਜਲਦੀ ਵਾਪਸ ਆਉਂਗੀ। ਵੈਲਕਮ ਬੈਕ ਨਾਜ਼ਰੀਨ, ਬ੍ਰੇਕ ਤੋਂ ਆਪਾਂ ਵਾਪਸ ਆ ਚੁੱਕੇ, ਗੱਲਬਾਤ ਕਰ ਦੇਣਾ ਨਾ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਕਰਨਾ ਹੈ ਮਾਰਕੀਟ? ਮਾਰਕੀਟ ਦੋਸਤ ਸ਼ੋਪਿੰਗ ਕੇ ਲਈ ਆਇਆ ਥਾ, ਫਿਰ ਘਰ ਹੀ ਨਹੀਂ ਆਇਆ, ਉਸ ਕੇ ਢੂੰਢਨੇ ਕੇ ਲਈ ਆਏ ਹਾਂ ਤੋ ਮਿਲਾ ਨਹੀਂ ਆ, ਫਿਰ ਵਾਪਸ ਜਾ ਰਹੇ ਤੋ ਆਪਕਾ ਇੰਟਰਵਿਊ, ਫਿਰ ਸੋਚਿਆ ਕਿ ਕਿੱਥੇ ਗਵਾਚ ਗਿਆ ਦੋਸਤ, ਕਿੱਡਾ ਕਿਸੇ ਨਿਕਲ ਆਇਆ ਸੀ ਦੋਸਤ? ਹਾਂ ਛੋਟਾ ਹੀ ਹੈ ਉਹ, ਬਸ ਪਤਾ ਨਹੀਂ ਸ਼ਾਇਦ ਘਰ ਚਲਾ ਗਿਆ, ਤੋ ਫੈਮਿਲੀ ਕੈਟ ਸੀ ਕਿ ਦੇਖ ਕੇ ਆਇਆ। ਤਾਂ ਵਿਚਾਰਾ ਬਹਾਨਾ ਲਾ ਕੇ ਜਾਂ ਛੁੜਾ ਕੇ ਤੁਹਾਡੇ ਤੋਂ ਆਇਆ ਹੋਵੇ, ਹੋ ਸਕਦਾ ਸਹੀ ਕੋਈ ਹੋਰ ਹੋਣਾ ਉਹਨੂੰ। ਹਾਂਜੀ, ਤੁਹਾਨੂੰ ਵੀ ਤੁਸੀਂ ਜਾਨ ਨਹੀਂ ਨਾ ਛੱਡਦੇ, ਨਾਲ ਹੀ ਮਗਰ ਆ ਗਏ ਹੋ ਰਹੇ ਹੈ। ਹਾਂ ਉਸਕੋ ਉਸਕੋ ਨਹੀਂ ਛੋੜਨਾ ਹਮਨੇ, ਉਹ ਹਮਾਰੇ ਸਾਥ ਹੀ ਹੈ। ਪੜਦੇ ਹੋ? ਹਾਂਜੀ। ਬੰਨਾ ਚਾਹੁੰਦੇ ਹੋ? ਆਰਮੀ ਕਮਾਂਡਰ। ਤੁਸੀਂ ਕੀ ਬੰਨਾ ਚਾਹੁੰਦੇ ਹੋ? ਇੰਜੀਨੀਅਰ। ਇੰਜੀਨੀਅਰ ਬੰਨਾ ਚਾਹੁੰਦੇ ਹੋ? ਅੱਛਾ, ਪਾਕਿਸਤਾਨ ਦਾ ਐਸਾ ਕਿਹੜਾ ਸ਼ਹਿਰ ਹੈ ਜਿਹਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਹਾਲੇ ਤੱਕ ਗਏ ਨਹੀਂ? ਵੈਸੇ ਤੋ ਮੈਨੂੰ ਲਾਹੌਰ ਹੀ ਪਸੰਦ ਹੈ ਔਰ ਮਾਸ਼ਾਅੱਲਾ ਮੈਂ ਲਾਹੌਰ ਮੈਂ ਹੀ ਹੂੰ, ਬਸ ਯਹੀ ਹੈ ਕਿ ਲਾਹੌਰ ਹੀ ਇਨਸ਼ਾਅੱਲਾ। ਕੋਈ ਸ਼ਹਿਰ ਨਹੀਂ ਪਸੰਦ? ਬਾਕੀ ਇਤਨਾ ਨਹੀਂ ਆਇਆ ਕਿ ਬਸ ਲਾਹੌਰ ਹੀ, ਲਾਹੌਰ ਜ਼ਿੰਦਾਬਾਦ। ਅੱਛਾ, ਤੁਹਾਨੂੰ ਕੋਈ ਐਸਾ ਸ਼ਹਿਰ ਪਸੰਦ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ? ਨਹੀਂ, ਲਾਹੌਰ ਹੀ ਪਸੰਦ ਹੈ।
ਔਰ ਪਸੰਦ ਆ ਸ਼ੇਰ ਆਂਦਾ ਸ਼ੇਰ ਤੋ ਘੜ ਛੋੜ ਆਇਆ ਹੂੰ ਅਭੀ ਫਿਰ ਵੀ ਕੋਈ ਸੁਣਾ ਦੇਤਾ ਹੂੰ ਕਿ ਸੋਨੇ ਕਾ ਘੜਾ ਕੋਨੇ ਮੇ ਪੜਾ ਸੋਨੇ ਕਾ ਘੜਾ ਕੋਨੇ ਮੇ ਪੜਾ ਆਪਕੀ ਯਾਦ ਆਈ ਤੋ ਖਤ ਲਿਖਣਾ ਹੀ ਪੜਾ ਨੌਜਵਾਨ ਇਹਨਾਂ ਕੋ ਪੁੱਛ ਰਹੇ ਆ ਵਿਆਹ ਤੁਸੀਂ ਲਵ ਮੈਰਿਜ ਕਰਾਉਂਗੇ ਜਾਂ ਅਰੇਂਜ ਮੈਰਿਜ ਅਰੇਂਜ ਮੈਰਿਜ ਅਰੇਂਜ ਮੈਰਿਜ ਕਿਉਂ ਲਵ ਮੈਰਿਜ ਹੋਣੀ ਨਹੀਂ ਹੈ ਇਸ ਵਜ੍ਹਾ ਸੇ ਹੁਣ ਪੂਰਾ ਯਕੀਨ ਆ ਕਿਸੇ ਸ਼ਕਲ ਤੇ ਕੋਈ ਨਹੀਂ ਮਰਨ ਵਾਲੀ ਅੱਛਾ ਤੁਸੀਂ ਲਵ ਮੈਰਿਜ ਜਾਂ ਅਰੇਂਜ ਮੈਰਿਜ ਅਰੇਂਜ ਮੈਰਿਜ ਹੁਣ ਇਹ ਵਜ੍ਹਾ ਕੀ ਆ ਵੈਸੇ ਹੀ ਸਾਡੇ ਤੇ ਵੀ ਨਹੀਂ ਕਿਸੇ ਨੇ ਮਰਨਾ ਪਤਾ ਨਹੀਂ ਆ ਬੁਲ ਕੋ ਪਤਾ ਹੈ ਲੜਕੀਆਂ ਕੋ ਪਤਾ ਤੇ ਹੈਗਾ ਵਾ ਵੈਸੇ ਮਰਤਾ ਕੋਈ ਵੀ ਨਹੀਂ ਹੈ ਕਿਸੇ ਪੇ ਇਹ ਸਭ ਝੂਠ ਹੀ ਹੈ ਔਰ ਬਸ ਅਰੇਂਜ ਮੈਰਿਜ ਹੀ ਫੈਮਿਲੀ ਕੀ ਤੁਹਾਨੂੰ ਕਦੀ ਕੋਈ ਪਸੰਦ ਆਈ ਹੋ ਹੀ ਨਾ ਜਾਏ ਐਸੇ ਕਦੀ ਕੋਈ ਪਸੰਦ ਨਹੀਂ ਆਈ ਨਹੀਂ ਨਹੀਂ ਜਿੱਦਾਂ ਤੂੰ ਹੋਰ ਪਰਾ ਹੈ ਇਹਨੂੰ ਲੋਰ ਚ ਰਹਿ ਕੇ ਕੋਈ ਲੋਰ ਦੀ ਕੁੜੀ ਨਹੀਂ ਪਸੰਦ ਆਈ ਤਦ ਕਰਕੇ ਨਹੀਂ ਤੈਨੂੰ ਕੋਈ ਮੂੰਹ ਲਾਂਦਾ ਨਕਰੇ ਹੀ ਬੜੇ ਅਜੇ ਤੁਹਾਨੂੰ ਸ਼ੇਰ ਆਂਦਾ ਨਹੀਂ ਚਲੋ ਜੀ ਬਹੁਤ ਸ਼ੁਕਰੀਆ ਵਧੀਆ ਹੋ ਗਿਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਪਰਫਿਊਮ ਵੇਚਦੇ ਹੋ ਤੁਸੀਂ ਜੀ ਜੀ ਅੱਛਾ ਕੀਰਾ ਕੀਰਾ ਪਰਫਿਊਮ ਆ ਤੁਹਾਡੇ ਕੋਲ ਮੇਰੇ ਕੋਲ ਹਰ ਬ੍ਰਾਂਡ ਦਾ ਰੈਪਲਿਕਾ ਹੈ ਹਰ ਬ੍ਰਾਂਡ ਦਾ ਵਸਾਚੀ ਹੈ ਗੁੱਚੀ ਹੈ ਹਰ ਬ੍ਰਾਂਡ ਆ ਐਲਵੀ ਤੱਕ ਮੈਂ ਬਣਾ ਲੈਤਾ ਹਾਂ ਪਹਿਲੇ ਆਪ ਬਣਾਉਂਦੇ ਹੋ ਮੈਂ ਖੁਦ ਬਣਾਣਾ ਜੀ ਅੱਛਾ ਤੇ ਕਈ ਹੁੰਦਾ ਨਾ ਕਿ ਖਾਸ ਤੌਰ ਤੇ ਕਈ ਮਰਦਾਂ ਦਾ ਪਸੀਨਾ ਐਡਾ ਖਤਰਨਾਕ ਕਿਸਮ ਦਾ ਹੁੰਦਾ ਹਰ ਕਿਸਮ ਦਾ ਪਰਫਿਊਮ ਮਾਰ ਦਿੰਦਾ ਵਾ ਤੇ ਇਹ ਜੇ ਸਮੈਲ ਨੂੰ ਮਾਰਨ ਵਾਸਤੇ ਹੈ ਪਰਫਿਊਮ ਜੀ ਜੀ ਬਿਲਕੁਲ ਹੈ ਜੀ ਕਿਉਂ ਨਹੀਂ ਹੈ ਜੀ ਅੱਛਾ ਕਦੀ ਕਿਸੇ ਨੇ ਆ ਕੇ ਕਿਹਾ ਬਈ ਬੜਾ ਕਮਾਲ ਦਾ ਸਾਡੇ ਪਸੀਨੇ ਦੀ ਸਮੈਲ ਬਹੁਤ ਆਂਦੀ ਸੀ ਤੁਹਾਡੇ ਪਰਫਿਊਮ ਦੀ ਵਜ੍ਹਾ ਤੋਂ ਚਲ ਗਈ ਅਲਹਮਦੁ ਮੁਝੇ 27 ਸਾਲ ਹੋ ਗਏ ਪਰਫਿਊਮ ਕੇ ਅੰਦਰ ਵਾਹ ਮੇਰੀ ਦੁਕਾਨ ਵੀ ਆਪਣੀ ਅਲਬਰਟੀ ਕੇ ਅੰਦਰ ਸ਼ਿਆਮ ਪਰਫਿਊਮ ਕੇ ਨਾਮ ਸੇ ਦੁਕਾਨ ਹੈ ਔਰ ਮੈਂ 27 ਸਾਲ ਸੇ ਐਸੇ ਹੀ ਵੇਚਤਾ ਹੂੰ ਸਿਰਫ ਕਸਟਮਰ ਬਣਾਨੇ ਕੇ ਲੀਏ ਜੋ ਮੁਝ ਸੇ ਮੈਂ ਇੱਕ ਦਫਾ ਜਿਸ ਕਸਟਮਰ ਕੋ ਲਗਾਤਾ ਹੂੰ ਪਰਫਿਊਮ ਲਗਾਤਾ ਹੂੰ ਵੋ ਦੁਬਾਰਾ ਮੁਝ ਸੇ ਲੇਤਾ ਔਰ ਮੁਝੇ ਪੂਰੇ ਪਾਕਿਸਤਾਨ ਸੇ ਆਰਡਰ ਆਤੇ ਹੈ ਜੀ ਲੇਡੀਜ਼ ਕੇ ਵਸਾਚੀ ਤੋ ਇੱਕ ਇੱਕ ਵਾਰੀ ਤੁਹਾਡਾ ਪਰਫਿਊਮ ਲਾ ਲਈਏ ਕਿੰਨੇ ਮਹੀਨੇ ਲੰਘ ਜਾਂਦੇ ਨਹੀਂ ਮਹੀਨੇ ਤਾਂ ਨਹੀਂ ਇੱਕ ਪਰਫਿਊਮ ਅਗਰ ਖੁਸ਼ਬੂ ਉਸ ਕੀ ਜੋ ਸਟੇ ਕਰਤੀ ਹੈ ਨਾ ਉਹ 8 ਸੇ 10 12 ਘੰਟੇ ਤੱਕ ਕੱਪੜੇ ਧੁਲ ਜਾਏ ਤਾਂ ਫਿਰ ਵੀ ਆਪਕੋ ਫੀਲ ਹੁੰਦਾ ਹੈ ਪਰਫਿਊਮ ਆਪਨੇ ਲਗਾਈ ਮੇਰੇ ਕੀ ਫਾਇਦਾ ਕੋਈ 2 4 ਮਹੀਨੇ ਤੇ ਗੱਡੇ ਪਰਫਿਊਮ ਇੱਕ ਵਾਰ ਪਰਫਿਊਮ ਲਾਓ ਤੇ 4 ਮਹੀਨੇ ਖੁਸ਼ਬੂ ਹੀ ਨਾ ਜਾਏ ਨਹੀਂ ਨਹੀਂ ਉਹ ਵੀ ਹੋ ਜਾਂਦਾ ਹੈ ਜੀ ਅਗਰ ਤੁਸੀਂ ਬੋਤਲ ਰੋੜ ਲਓ ਆਪਣੇ ਉੱਤੇ ਸਾਰੀ ਤੇ ਇਹ ਵੀ ਆ ਅੱਛਾ ਪਾਕਿਸਤਾਨ ਦਾ ਐਸਾ ਕਿਹੜਾ ਸ਼ਹਿਰ ਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਗਏ ਨਹੀਂ ਹੋ ਪਾਕਿਸਤਾਨ ਦਾ ਤਾਂ ਸਾਰੇ ਸ਼ਹਿਰਾਂ ਮੈਂ ਘੁੰਮਾ ਹਾਂ ਬਸ ਇੱਕ ਖੁਆਇਸ਼ ਹੈ ਅਭੀ ਤੱਕ ਮਦੀਨੇ ਪਾਕ ਨਹੀਂ ਗਿਆ ਤਾਂ ਵਾਂ ਚਲਾ ਜਾਉਂ ਜੀ ਬੋਟਲ ਸਾਫ ਬਣਾਉਂਦੇ ਹੋ ਨਹੀਂ ਬੋਟਲ ਹਮ ਖਰੀਦਤੇ ਆ ਕੇ ਆ ਬੋਟਲ ਦਿਖਾਈਓ ਆ ਬਹੁਤ ਵਧੀਆ ਲੱਗ ਰਹੀ ਹੈ ਮੈਨੂੰ ਆ ਹੈ ਕੀ ਇਹ ਬਣਿਆ ਕੀ ਆ ਪਰ ਵੈਸੇ ਪਰਫਿਊਮ ਕੀ ਬੋਟਲ ਹੈ ਇਹ ਦੁਬਈ ਕੀ ਇਹ ਮੇਰੇ ਆਪਣੇ ਬਣਾਏ ਹੋਏ ਬੋਟਲ ਮੈਨੇ ਜੋ ਇਹ ਖਰੀਦੀ ਹੋਈ ਹੈ ਇਹ ਗੁੱਚੀ ਕਾ ਮੈਨੇ ਰਿਪਲਿਕਾ ਬਣਾਇਆ ਹੋਇਆ ਹੈ ਔਰ ਇਸ ਕੀ ਗਾਰੰਟੀ 2 ਦਿਨ ਕੀ ਹੈ ਅੱਛਾ 2 ਦਿਨ ਦੀ ਗਾਰੰਟੀ ਮੇਰੀ ਗਾਰੰਟੀ ਇਹ ਹੈ ਪਰਫਿਊਮ ਅਗਰ ਪਰਫਿਊਮ ਅੱਛਾ ਨਾ ਲਗੇ ਆਧਾ ਯੂਜ਼ ਕਰ ਲਿਆ ਸਾਰਾ ਯੂਜ਼ ਕਰ ਲਿਆ ਪਰਫਿਊਮ ਅੱਛਾ ਨਹੀਂ ਹੈ ਕਾਲ ਕਰੇ ਮੈਂ ਕਾਲ ਪੇ ਪੈਸੇ ਵਾਪਸ ਕਰੂੰਗਾ ਆਪਣੇ ਅਮਾਨੀ ਕੁਰਾਨੀ ਮੁਝੇ ਬਤਾਏ ਜੀ ਇਹ ਪਰਫਿਊਮ ਕੀ ਸਟੇ ਨਹੀਂ ਰਹੀ ਪੈਸੇ ਕਾਲ ਪੇ ਵਾਪਸ ਹੋ ਜਾਏਗੇ ਅਰੇ ਵਾਹ ਨਹੀਂ ਇਹ ਵੀ ਵਧੀਆ ਗੱਲ ਆ ਕੋਈ ਸ਼ੇਰ ਆ ਬਣੀ ਹੋਈ ਡਾਇਰੀ ਟਾਈਪ ਹਨਾ ਕਿੱਡਾ ਸੋਹਣਾ ਲੱਗਣ ਦਿਆ ਅੱਛਾ ਤੁਹਾਨੂੰ ਕੋਈ ਸ਼ੇਰ ਆਂਦਾ ਸ਼ੇਰ ਨਹੀਂ ਆਂਦਾ ਜੀ ਸ਼ੇਰ ਨਹੀਂ ਆਂਦਾ ਗਾਣਾ ਆਂਦਾ ਹੋਣਾ ਗਾਣਾ ਵੀ ਨਹੀਂ ਆਂਦਾ ਗਾਣਾ ਵੀ ਨਹੀਂ ਆਂਦਾ ਚਲੋ ਜੀ ਕੋਈ ਗੱਲ ਨਹੀਂ ਬਹੁਤ ਸ਼ੁਕਰੀਆ ਜੀ ਉਹਦੀ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਜੀ ਵਾਲੇਕੁਮ ਸਲਾਮ ਕੀ ਕਰਨ ਆਏ ਸੀ ਮਾਰਕੀਟ ਇਹ ਇੱਥੇ ਸ਼ਾਪਿੰਗ ਕਰਨ ਆਏ ਆਂ ਜੀ ਅਸੀਂ ਕਿਰੇ ਵਾਸਤੇ ਇਹ ਆਪਣੀ ਬੇਗਮ ਵਾਸਤੇ ਔਰ ਆਪਣੇ ਕੱਪੜੇ ਸਿਲਾਈ ਦੇਣ ਵਾਸਤੇ ਆਏ ਆਂ
ਬਹੁਤ ਘੱਟ ਹੁੰਦਾ ਵਾ ਕਿ ਬੰਦੇ ਆਪਣੀ ਬੇਗਮ ਵਾਸਤੇ ਸ਼ਾਪਿੰਗ ਕਰਨ। ਤੁਸੀਂ ਕਿਹਦੇ ਵਾਸਤੇ ਕੀਤੀ ਆ? ਆਪਣੀ ਬੇਗਮ ਵਾਸਤੇ। ਬੇਗਮ ਹੀ ਆਣਾ? ਬੇਗਮ ਵਾਸਤੇ ਬਿਲਕੁਲ। ਅੱਛਾ ਫੇਰ ਠੀਕ ਆ। ਹੁਣ ਇਹ ਕੁਛ ਲੈ ਕੇ ਵੀ ਜਾਈਏ, ਇਸ ਇੰਟਰਵਿਊ ਤੋਂ ਬਾਅਦ ਫੜੇ ਗਏ ਨਾ ਤੇ ਫੇਰ ਤੁਸੀਂ ਦੰਦਾਂ ਦੇ ਡਾਕਟਰ? ਜੀ ਜੀ। ਡਰ ਵੀ ਨੀ ਹੈਗਾ, ਖੈਰ ਆ ਤੁਸੀਂ ਆਪ ਹੀ ਲਾ ਲੈਣੇ ਟੁੱਟ ਟੁੱਟ ਕੇ। ਆਪੇ ਲਾ ਲਾਂ ਕੋਈ ਗੱਲ ਨਹੀਂ। ਆਓ ਜ਼ਿਆਦਾ ਮੁੱਢੀ ਕਸੂਨਾ ਮਾਰ ਦਵੇ, ਟੁੱਟ ਕੇ ਤੇ ਆਪ ਹੀ ਦੰਦ ਲਾ ਲੈਣੇ ਆ। ਕਿਹੜੇ ਸ਼ਹਿਰ ਦੇ ਹੋ? ਇਹ ਉਕਾੜਾ ਸੇ, ਰਨਾਲਾ ਖੁਰਦ ਸੇ। ਅੱਛਾ ਤੁਸੀਂ ਵੀ ਉਕਾੜਾ ਤੋਂ? ਹਬੀਬਾਬਾ ਸੇ। ਉਹ ਉੱਥੇ ਹੀ ਆ ਉਕਾੜਾ ਜੀ? ਹਾਂ ਹਾਂ ਉਕਾੜਾ ਜੀ। ਅੱਛਾ ਕੰਮ ਕੀ ਕਰਦੇ ਹੋ? ਫਾਰਮੇਸੀ ਹੈ। ਤੁਸੀਂ ਕੀ ਕੰਮ ਕਰਦੇ ਹੋ? ਤੁਸੀਂ ਦੰਦਾਂ ਦੇ ਡਾਕਟਰ? ਦੰਦਾਂ ਦੇ ਡਾਕਟਰ। ਅਰੇ ਵਾਹ। ਅੱਛਾ ਮੇਰਾ ਇੱਕ ਸਵਾਲ ਦੇਣਾ ਉਹਦਾ ਜਵਾਬ ਦੱਸੋ, ਪਾਕਿਸਤਾਨ ਦਾ ਐਸਾ ਕਿਹੜਾ ਸ਼ਹਿਰ ਆ ਜਿਹੜਾ ਤੁਹਾਨੂੰ ਬਹੁਤ ਪਸੰਦ ਆ ਹਾਲੇ ਤੱਕ ਤੁਸੀਂ ਗਏ ਨਹੀਂ ਉੱਥੇ? ਕਰਾਚੀ ਪਸੰਦ ਹੈ ਲੇਕਿਨ ਉੱਥੇ ਹਲੇ ਗਿਆ ਨਹੀਂ, ਲੇਕਿਨ ਸਭ ਤੋਂ ਜ਼ਿਆਦਾ ਲਾਹੌਰ ਪਸੰਦ ਹੈ, ਇੱਥੇ ਜ਼ਿਆਦਾ ਆਈਦਾ। ਅੱਛਾ ਕਰਾਚੀ ਨਹੀਂ ਗਏ, ਕਰਾਚੀ ਜਾਣਾ ਕਿਉਂ ਚਾਹੁੰਦੇ ਹੋ? ਬਸ ਖਾਸ ਗੱਲ, ਉੱਥੇ ਕੈਦ ਆਜ਼ਮ ਦਾ ਬਾਨੀ ਹੈ ਪਾਕਿਸਤਾਨ ਦਾ ਜਿਹੜਾ ਕਿ ਮਕਬਰਾ ਹੈ, ਉਹਨੂੰ ਦੇਖਣਾ ਚਾਹੁੰਦੇ ਹਾਂ ਜਿਹਨੇ ਪਾਕਿਸਤਾਨ ਬਣਾਇਆ ਸਾਡੇ ਵਾਸਤੇ, ਉਹਦਾ ਮਕਬਰੇ ਦੀ ਇੱਕ ਦਫਾ ਜ਼ਿਆਰਤ। ਉੱਥੇ ਜਾਣਾ ਚਾਹੁੰਦੇ ਹੋ? ਤੇ ਤੁਹਾਨੂੰ ਕਿਹੜਾ ਸ਼ਹਿਰ ਪਸੰਦ? ਸਾਨੂੰ ਜੀ ਲਾਹੌਰ ਹੀ ਪਸੰਦ ਹੈ ਜੀ। ਤੁਸੀਂ ਲਾਹੌਰ ਆ ਗਏ ਹੋ? ਲਾਹੌਰ ਆ ਗਏ ਜੀ। ਕਹਿੰਦੇ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ। ਨਹੀਂ ਨਹੀਂ ਬਿਲਕੁਲ, ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ। ਇਸ ਉਮਰੇ ਜੰਮੇ? ਅਸੀਂ ਪਹਿਲੇ ਵੀ ਆਏ ਹਾਂ ਜੰਮਿਆ, ਲੇਕਿਨ ਫਿਰ ਦੁਬਾਰਾ ਦੁਬਾਰਾ ਆਏ ਹਾਂ, ਬਾਰ ਬਾਰ ਜੰਮਣ ਦੀ ਕੋਸ਼ਿਸ਼ ਕਰ ਰਹੇ ਹਾਂ। ਚੰਗੀ ਗੱਲ ਆ। ਅੱਜ ਕੋਈ ਸ਼ੇਰ ਸੁਣਾ ਦਿਓ। ਕੀ ਮੁਹੰਮਦ ਸੇ ਵਫਾ ਤੂਨੇ ਤੋ ਹਮ ਤੇਰੇ ਹੈ, ਯੇ ਜਹਾਂ ਚੀਜ਼ ਹੈ ਕਿਆ ਲੋਹੋ ਕਲਮ ਤੇਰੇ ਹੈ। ਬਹੁਤ ਸ਼ੁਕਰੀਆ ਜੀ, ਵਧੀਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਕਰਨ ਆਏ ਤੁਸੀਂ ਮਾਰਕੀਟ? ਲਾਹੌਰ ਦੇਖਣਾ ਹੈ ਜੀ। ਲਾਹੌਰ ਦੇਖਣਾ ਹੈ? ਕਿਹਦੇ ਸ਼ਹਿਰ ਦੇ ਹੋ? ਉਕਾੜਾ ਸਿਟੀ। ਉਕਾੜਾ ਦੇ ਹੋ, ਲਾਹੌਰ ਚ ਕੀ ਪਸੰਦ ਆਇਆ? ਇਹ ਬੱਤੀਆਂ ਵੇਖਣ ਆਏ ਸੀ, ਆਈ ਬੁਝ ਗਈਆਂ। ਏ ਬੱਤੀਆਂ ਪਸੰਦ ਆਈਆਂ, ਹੋਰ ਕੁਝ ਨਹੀਂ ਦੇਖੀ? ਬੁਝ ਗਈਆਂ। ਡਿਸਾਈਡ ਹੋਏ ਆ ਕਿ 10 ਵਜੇ ਜਿਹੜਾ ਟਾਈਮਿੰਗ ਹੈ ਨਾ, ਇੱਕ ਟਾਈਮ ਸੀ ਕਿ ਲਿਬਰਟੀ ਦਾ ਨਾਮ ਸੀ, ਲਾਹੌਰ ਦਾ ਨਾਮ ਸੀ, ਔਰ ਅਸੀਂ ਲੋਕ ਆਉਂਦੇ ਸੀ। ਇਸ ਟਾਈਮ ਜਿਹੜਾ ਨਾ ਇਹ ਦੇਖ ਕੇ ਬਹੁਤ ਅਸੀਂ ਡਿਸਾਈਡ ਹੋਏ ਹਾਂ ਕਿ 10 ਵਜੇ ਲੋਕਾਂ ਦਾ ਰੋਜ਼ਗਾਰ ਜਿਹੜਾ ਨਾ ਉਹ ਪਾਬੰਦ, ਕੁਛ ਵੈਸੇ ਹੀ ਲੋਕ ਪਿੱਸੇ ਹੋਏ ਨੇ, ਕੁਛ ਜਿਹੜਾ ਇਹ ਮਾਹੌਲ ਦੇਖ ਕੇ ਅੱਜ ਬਹੁਤ ਅਸੀਂ ਡਿਸਾਈਡ ਹੋ ਕੇ ਲਾਹੌਰ 'ਚ ਜਾ ਰਹੇ। ਕੀ ਗੱਲ ਨਹੀਂ, ਟਾਈਮ ਟੂ ਟਾਈਮ ਲੋਕ ਘਰ ਜਾਂਦੇ ਆ, ਸੋ ਜਾਂਦੇ। 12 ਵਜੇ ਤੋਂ ਦਿਨ ਚੜ੍ਹਦਾ ਲਾਹੌਰ 'ਚ। ਸਾਡੇ ਏਰੀਏ 'ਚ ਸਵੇਰ 6 ਵਜੇ ਤੋਂ ਮਗਰਬ ਹੈ, ਲਾਹੌਰ ਦੇ ਵਿੱਚ 2 ਵਜੇ ਤੋਂ ਲੈ ਕੇ ਤੇ ਰਾਤ 1 ਵਜੇ ਤੱਕ ਬੱਤੀ। ਰੌਣਕਾਂ ਦੇਖਣੀਆਂ ਸੀ ਤੁਸੀਂ? ਹੋਰ ਕਾਰੋਬਾਰ ਸੀ ਲੋਕਾਂ ਦਾ, ਟਾਈਮ ਨਾ ਕਿ ਰੌਣਕਾਂ ਦੇਖ ਲੈਂਦੇ। ਰੌਣਕਾਂ ਦੇਖ ਲਈਆਂ, ਲੇਕਿਨ ਕਾਰੋਬਾਰ ਦੇਖ ਕੇ ਸਾਨੂੰ ਬੜਾ ਆ ਰਿਹਾ ਕਿ ਲੋਕ ਇੰਨੇ ਕਿਰਾਏ ਨੇ, ਇੰਨੇ ਮਜ਼ਦੂਰਾਂ ਦੇ ਅਖਲਾਜਾਤ ਨੇ ਕਿ ਲੋਕ ਪਿਸ ਗਏ ਨੇ ਬਹੁਤ ਜ਼ਿਆਦਾ। ਇਹ ਤੇ ਹੈ ਵਾ। ਤੇ ਹੋਰ ਸ਼ੋਪਿੰਗ ਵਗੈਰਾ ਕੀਤੀ? ਕੁਛ ਖਾਧਾ ਪੀਤਾ? ਹਾਂਜੀ ਖਾਧਾ ਪੀਤਾ ਜੀ। 5 ਬੰਦਿਆਂ ਦਾ ਖਾ ਲਿਆ ਹੁਣ ਤੁਸੀਂ ਇਕੱਠੇ? ਨਹੀਂ ਜੀ, ਬਸ ਅੱਧਾ ਕੁ। ਚਾਰ ਮਿਟਾ ਦਿਓ। ਚਾਰ ਨਹੀਂ ਮਿਟਾ ਸਕਦੇ। ਕੰਮ ਕੀ ਕਰਦੇ ਹੋ? ਮੈਂ ਜਰਨਲਿਸਟ ਹਾਂ ਜੀ। ਜਰਨਲਿਸਟ ਨੇ, ਚਲੋ। ਤੁਸੀਂ ਮੈਨੂੰ ਇਹ ਦੱਸਣਾ, ਪਾਕਿਸਤਾਨ ਦਾ ਐਸਾ ਕਿਹੜਾ ਸ਼ਹਿਰ ਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਹਲੇ ਤੱਕ ਗਏ ਨਹੀਂ? ਸੜੀ ਦੀ ਸੜੀ ਸੜੀ ਧੁੱਪ ਸੜੀ ਜੀ। ਉਹ ਕੀ ਆ ਹੁਣ ਪਹਾੜ ਸ਼ਹਿਰਾਂ ਦਾ ਕਿਹਾ? ਸ਼ਾਂਗਾ ਮਾਂਗਾ ਦੇ ਸ਼ਹਿਰ ਨੇ ਜੀ ਤੁਹਾਡੇ ਉੱਥੇ? ਸ਼ਾਂਗਾ ਮਾਂਗਾ ਦਾ ਤੇ ਪਤਾ ਵਾ, ਜਰਨਲਿਸਟ ਜੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਇਲਮ ਹੋਣਾ? ਜਰਨਲਿਸਟ ਜਮਾ ਹੀ ਨਹੀਂ ਆ, ਲੇਕਿਨ ਹੁਣ ਬਣਾ ਦਾਂਗੇ ਨਾ, ਤੁਹਾਨੂੰ ਦੱਸ ਦਾਂਗੇ, ਟਿਪਸ ਦੇ ਦਾਂਗੇ।
ਮਾਰਕੀਟ ਬਸ ਘੁੰਮਣੇ ਕੇ ਲਈ ਆਏ। ਘੁੰਮਣੇ ਆਏ? ਕਿੱਥੋਂ ਆਏ? ਚਿਤਰਾਲ ਸੇ। ਚਿਤਰਾਲ ਸੇ ਆਏ ਨਾ, ਸ਼ਕਲੋ ਤੋ ਤੁਸੀਂ ਲੱਗਦੇ ਨਹੀਂ ਆ ਪਾਕਿਸਤਾਨ ਦੇ, ਅੰਗਰੇਜ਼ ਟਾਈਪ ਲੱਗਦੇ। ਕਿਉਂ? ਬਸ ਹਮ ਚਾਈਨਾ ਕੇ ਨਜ਼ਦੀਕ ਹੈ ਨਾ। ਆਏ ਚਾਈਨਾ ਕੇ ਨਜ਼ਦੀਕ ਹੈ? ਇਹ ਤੁਹਾਡਾ ਖਾਨਾ ਖਰਾਬ, ਘੋੜਾ ਫਾਸਲੇ ਨਾਲ ਨਗਾਲਾ ਹੈ। ਹੋਰ ਕੀ ਗੋਡੇ ਗਿੱਟੇ ਰਗੜੇ? ਅੱਛਾ, ਇੱਥੇ ਕੀ ਕਰ ਰਹੇ? ਇੱਥੇ ਜੌਬ ਕਰਨੇ ਕੇ ਲਈ ਆਏ। ਜੌਬ ਕਰਨੇ ਕੇ ਲਈ? ਘੁੰਮਣ ਫਿਰਨ ਨਹੀਂ ਆਏ? ਨਹੀਂ, ਘੁੰਮਣੇ ਫਿਰਨੇ ਕੇ ਲਈ। ਕਿੱਥੇ ਘੁੰਮਣੇ ਫਿਰਨੇ ਨਹੀਂ ਆਏ? ਵਿਆਹ ਹੋ ਗਿਆ? ਕਿਆ ਚੀਜ਼ ਵਿਆਹ? ਸ਼ਾਦਾ? ਸ਼ਾਦਾ ਹੋ ਗਿਆ? ਉਰਦੂ ਮੇ ਬਾਤ ਕਰੋ ਨਾ। ਪੰਜਾਬੀ ਸਮਝ ਨਹੀਂ ਆਉਂਦੀ? ਪੰਜਾਬੀ ਸਮਝ ਨਹੀਂ ਆ। ਹਾਂ ਤੇ ਦਈਏ, ਜਵਾਬ ਤੇ ਦੇ ਰਹੇ ਹੋ। ਤੋ ਗੁਜ਼ਾਰਾ ਗੁਜ਼ਾਰਾ ਬਸ ਸਮਝ ਆਤੀ ਹੈ ਨਾ। ਗੁਜ਼ਾਰਾ ਕਰ ਲੋ ਨਾ, ਗੁਜ਼ਾਰਾ ਹੀ ਕਰ ਲੈ। ਅੱਛਾ, ਤੁਹਾਡਾ ਹੋ ਗਿਆ ਵਿਆਹ? ਨਹੀਂ। ਤੁਹਾਡਾ ਵਿਆਹ ਹੋਇਆ? ਤੁਹਾਡਾ ਹੋਇਆ ਵਿਆਹ? ਹੋਇਆ। ਹੋਇਆ? ਕਿਤਨੇ ਨਿਆਣੇ ਹੈ? ਨਿਆਣੇ ਕੀ ਹੁੰਦਾ? ਬੱਚੇ ਕਿਤਨੇ? ਬੱਚੇ ਸੱਚੇ ਨਹੀਂ, ਅਭੀ 3-4 ਮਹੀਨੇ ਹੋ ਗਏ। ਬੱਚੇ ਸੱਚੇ ਨਹੀਂ ਹੈ, 3-4 ਮਹੀਨੇ ਹੋਏ ਹੈ। ਆਪਣੀ ਮਰਜ਼ੀ ਸੇ ਸ਼ਾਦੀ ਕੀਆ, ਘਰ ਵਾਲੋ ਕੀ ਮਰਜ਼ੀ ਸੇ? ਆਪਣੀ ਮਰਜ਼ੀ ਸੇ ਕੀਆ। ਲਵ ਮੈਰਿਜ? ਹਾਂ। ਰਿਸ਼ਤੇਦਾਰਾਂ ਚ? ਨਹੀਂ, ਬਗਾ ਕੇ ਲੈ ਕੇ ਆਏ। ਹਾਂ। ਕਿੱਥੋਂ, ਕਹਾਂ ਸੇ ਬਗਾ ਕੇ ਲਾਇਆ? ਗਿਲਗਿਤ ਸੇ। ਗਿਲਗਿਤ ਸੇ? ਵੋ ਸੁੰਦਰ ਹੈ? ਹਾਂ, ਸੁੰਦਰ ਹੈ ਤੋ ਬਗਾ ਕੇ ਲੈ ਆਇਆ ਹੈ। ਸਿੰਗਲ ਪਸਲੀ ਹੈ, ਦੋ ਬਸ ਸਹਿਣੇ ਸੀ ਇਸ ਭੈਣੇ, ਤੀਜਾ ਘਸੂਣਾ ਨਹੀਂ ਸੀ ਇਹਨੂੰ, ਭੈਣਾ ਕਿਹਨੇ ਬਚਣਾ ਨਹੀਂ ਸੀ। ਡਰ ਨੀ ਲਗਾ ਕੁੱਟ ਸੇ? ਨਹੀਂ ਨਹੀਂ, ਡਰਦੇ ਨਹੀਂ ਹੈ। ਡਰਦੇ ਨਹੀਂ ਹੈ, ਬਸ ਲੈ ਆਏ ਹਾਂ। ਚੰਗੀ ਗੱਲ ਆ। ਚਲੋ, ਤੇ ਤੁਸੀਂ ਲਵ ਮੈਰਿਜ ਕਰਨੀ ਆ, ਅਰੇਂਜ ਮੈਰਿਜ? ਭੈਣ ਕੁਝ ਵੀ ਨਹੀਂ ਕਰਨੀ ਨਹੀਂ ਆ। ਇੰਨਾ ਬਦਜਨ ਕਿਉਂ ਦੁਨੀਆ ਤੋਂ? ਖਤਮ ਖਤਮ ਖਤਮ, ਧੋਖਾ ਮਿਲਾ ਜ਼ਿੰਦਗੀ ਮੇ, ਧੋਖਾ ਧੋਖਾ ਖਤਮ। ਤੁਸੀਂ ਪਠਾਨ ਤੇ ਨਹੀਂ ਆ? ਨਹੀਂ, ਮੈਂ ਪੰਜਾਬੀ ਹਾਂ। ਪੰਜਾਬੀ ਤਾਂ ਫਿਰ ਕੀ ਪੰਜਾਬੀ ਬੋਲਾਂ ਮਰ, ਧੋਖਾ ਧੋਖਾ ਕਿਉਂ ਨਹੀਂ ਆਂਦਾ ਪੰਜਾਬੀ? ਮੈਂ ਚਿਤਰਾਲ ਕਾਂ, ਵੈਸੇ ਆਪ ਕਾਲੇ ਪੇ ਮਤ ਜਾਈਏ। ਰੰਗ ਤੇ ਨਾ ਜਾ, ਮੈਂ ਵੀ ਚਿਤਰਾਲ ਦਾ ਵਾਂ, ਇੱਧਰ ਬਹੁਤਾ ਸੇਕ ਲੱਗ ਗਿਆ ਸੀ। ਕੀ ਤੁਹਾਡਾ ਰੰਗ ਹੈ ਜਿਹਦਾ? ਕਿਉਂ ਆ? ਪਤਾ ਨਹੀਂ। ਤੁਸੀਂ ਦੋਨੀ ਭਰਾ ਵਾ? ਨਹੀਂ ਨਹੀਂ, ਭਰਾ ਨਹੀਂ, ਕਜ਼ਨ। ਕਜ਼ਨ ਇੱਕ ਜੈਸੇ ਹੀ ਆ ਹਨਾ? ਅੱਛਾ, ਤੇ ਤੁਸੀਂ ਵੀ ਇੱਥੇ ਕੰਮ ਕਰਨ ਆਏ ਹੋ? ਜੀ, ਕੰਮ ਕਰਨ ਕੇ ਲਈ ਆਏ ਹਾਂ। ਵਿਆਹ ਕਿੱਥੇ ਕਰਨਾ? ਲੋਰੀਏ ਚਿਤਰਾਲ? ਆਪਣੇ ਗਾਂਵ ਮੇ ਚਿਤਰਾਲੀ ਕਰਾਂਗੇ। ਹੋਰ ਦੀਆਂ ਪਸੰਦ ਨਹੀਂ ਆਈਆਂ? ਨਾ, ਇਧਰ ਕੌਣ ਕਰੇਗਾ ਪੰਜਾਬੀਆਂ ਕੇ ਸਾਥ? ਪੰਜਾਬੀ ਚੰਗੇ ਨਹੀਂ ਲੱਗਦੇ? ਨਾ, ਉਧਰ ਅਬ ਨਹੀਂ ਹੈ ਨਾ। ਇਹ ਪੰਜਾਬੀ ਨਹੀਂ ਚੰਗੇ ਲੱਗਦੇ, ਅੱਗਾ ਕਹਿੰਦਾ ਨਹੀਂ ਪੰਜਾਬੀਆਂ ਚ ਰਹਿ ਕੇ ਪੰਜਾਬੀ ਚੰਗੇ ਨਹੀਂ ਲੱਗਦੇ।
ਨਹੀਂ ਨਹੀਂ ਪੰਜਾਬੀ ਚੰਗੇ ਨਹੀਂ ਪੰਜਾਬੀ ਇੰਨੀ ਮਿੱਠੀ ਜ਼ੁਬਾਨ ਮਿੱਠੀਆਂ ਗੱਲਾਂ ਕਰਦੇ ਸਾਸ ਕਰਨ ਵਾਲੀ ਕੌਮ ਆ ਹੋਰ ਕੀ ਚਾਹੀਦਾ ਵਾ ਜ਼ਬਾਨ ਨਹੀਂ ਆਤਾ ਹੈ ਕਰਕੇ ਵਿਆਹ ਕਰਕੇ ਕਿਆ ਕਰੇਂਗੇ ਉਸਕੇ ਸਾਥ ਪੰਜਾਬੀ ਚ ਕੀ ਪਤਾ ਗਾਲਾ ਗੁਲਾ ਕੱਢਦੇ ਸਮਝ ਹੀ ਨਾ ਆਵੇ ਹਨਾ ਇਹ ਦੇਖ ਆਪ ਕਹੀ ਦੋ ਪਤਾ ਹੀ ਨਹੀਂ ਚੱਲਣਾ ਇਸ ਡਰਨਾ ਪੰਜਾਬੀ ਨਾਲ ਕਹਿੰਦਾ ਮੈਂ ਵਿਆਹ ਹੀ ਨਹੀਂ ਕਰਨਾ ਮੈਂ ਕੁਛ ਵੀ ਕਹਿ ਦੇ ਮੇਰੇ ਪੱਲੇ ਨਹੀਂ ਪੈਣੀ ਗੱਲ ਅੱਛਾ ਪਾਕਿਸਤਾਨ ਮੈਂ ਐਸਾ ਕੌਨ ਸਾ ਸ਼ਹਿਰ ਹੈ ਜੋ ਬਹੁਤ ਪਸੰਦ ਹੈ ਅਭੀ ਤੱਕ ਗਏ ਨਹੀਂ ਪਸੰਦ ਤੋ ਤਕਰੀਬਨ ਪੈਦਲ ਹੀ ਘੁੰਮਿਆ ਦੇਖੋ ਰੰਗ ਏਡਾ ਮਾੜਾ ਵਾ ਅੱਛਾ ਤੁਹਾਨੂੰ ਕਿਹਦਾ ਸ਼ਹਿਰ ਪਸੰਦ ਇਸਲਾਮਾਬਾਦ ਇਸਲਾਮਾਬਾਦ ਜਾਣਾ ਚਾਹਤੇ ਹੋ ਗਿਆ ਹੁਣ ਉਧਰ ਗਿਆ ਹੂੰ ਚਲੋ ਉੱਥੇ ਕੀ ਵਧੀਆ ਲੱਗਾ ਜੀ ਅੱਛਾ ਕੀ ਲੱਗਾ ਉਧਰ ਬਸ ਮਾਹੌਲ ਸਹੀ ਹੈ ਉਧਰ ਮਾਹੌਲ ਸਹੀ ਹੈ ਚਲੋ ਕੋਈ ਗੱਲ ਨਹੀਂ ਬਹੁਤ ਸ਼ੁਕਰੀਆ ਜੀ ਵਧੀਆ ਹੋ ਗਿਆ ਜੀ ਨਾਜ਼ਰੀਨ ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ ਵਾ ਨਹੀਂ ਚੰਗੀ ਗੱਲ ਆ ਅੱਗੇ ਹੀ ਖਲੋ ਜਾਣਾ ਸੀ ਆ ਕੇ ਤੇ ਜਾਣ ਤੋਂ ਪਹਿਲੇ ਤੁਹਾਨੂੰ ਮੈਂ ਦੱਸਦਾ ਮੈਂ ਸਵਾਲ ਕੀ ਕੀਤਾ ਸੀ ਮੈਂ ਸਵਾਲ ਪੁੱਛਿਆ ਸੀ ਪਾਕਿਸਤਾਨ ਦਾ ਐਸਾ ਕਿਹੜਾ ਸ਼ਹਿਰ ਆ ਜਿਹੜਾ ਪਸੰਦ ਹੋਵੇ ਜਿੱਥੇ ਜਾਣਾ ਚਾਹੁੰਦੇ ਹੋ ਉੱਥੇ ਨਹੀਂ ਗਏ ਤੁਸੀਂ ਬਾਕੀ ਜਵਾਬ ਸੁਣ ਲਿਆ ਤੇ ਤੁਸੀਂ ਵੀ ਲਾਜ਼ਮੀ ਸਾਰੇ ਕਮੈਂਟਸ ਦੇ ਵਿੱਚ ਦੱਸਣਾ ਤੁਹਾਨੂੰ ਕਿਹੜਾ ਕਿਹੜਾ ਸ਼ਹਿਰ ਪਸੰਦ ਆ ਜਿੱਥੇ ਤੁਸੀਂ ਹਾਲੇ ਤੱਕ ਗਏ ਨਹੀਂ ਪਰ ਜਾਣਾ ਚਾਹੁੰਦੇ ਹੋ ਸਾਰੇ ਆਪਣਾ ਖਿਆਲ ਰੱਖਣਾ ਦੁਆਵਾਂ 'ਚ ਯਾਦ ਰੱਖਣਾ ਆਪਣੀ ਬੀਰਾਂ ਨੂੰ ਇਜਾਜ਼ਤ ਦਿਓ ਜਲਦੀ ਤੁਹਾਡੇ ਨਾਲ ਮੁਲਾਕਾਤ ਹੋਏਗੀ ਨਵੀਂ ਜਗ੍ਹਾ 'ਤੇ ਨਵੇਂ ਸਵਾਲਾਂ ਨਾਲ ਨਵੇਂ ਜੁਗਤਾਂ ਨਾਲ ਨਵੇਂ ਕੱਪੜਿਆਂ ਨਾਲ ਨਵੇਂ ਮੇਕਅਪ ਨਾਲ ਅੱਲਾ ਹਾਫਿਜ਼